ਕਿਉਂਕਿ ਸੰਸਾਰ ਜਿਸ ਤਰ੍ਹਾਂ ਇੱਕ ਮਾਰਕੀਟ ਹੁੰਦੀ ਹੈ ਬਾਜ਼ਾਰ ਹੈ ਇਹ ਵੀ ਇੱਕ ਬਾਜ਼ਾਰ ਹੈ ਇਸ ਬਾਜ਼ਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਸੌਦੇ ਨੇ ਉਹਨਾਂ ਸੌਦਿਆਂ ਨੂੰ ਮਨੁੱਖ ਆਪਣੇ ਕਰਮ ਅਨੁਸਾਰ ਬਣੀ ਹੋਈ ਭਾਵਨਾ ਨਾਲ ਕਿਉਂਕਿ ਮੈਂ ਇਹ ਅਰਜ਼ ਕਰਦੇ ਆਂ ਕਿ ਆਮ ਕਰਕੇ ਅਸੀਂ ਸ਼ਬਦ ਕਰਮ ਵਰਤਦੇ ਆਂ ਕਰਮ ਦਾ ਅਰਥ ਕੀ ਹੈ ਕਰਮ ਦਾ ਮੂਲ ਅਰਥ ਹੈ ਕੰਮ ਜਿਹੜਾ ਅਸੀਂ ਕੰਮ ਕਰਦੇ ਆਂ ਰੋਜ਼ ਉਹ ਕਰਮ ਹੈ ਹੌਲੀ-ਹੌਲੀ ਜਿਹੜਾ ਕਰਮ ਅਸੀਂ ਰੋਜ਼ਾਨਾ ਕਰਨ ਲੱਗ ਪੈਂਦੇ ਆਂ ਉਹ ਕਰਮ ਹੌਲੀ-ਹੌਲੀ ਸਾਡਾ ਨਿਤਨੇਮ ਬਣ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਾਡੀ ਉਹ ਆਦਤ ਬਣ ਜਾਂਦੀ ਹੈ ਭਾਵੇਂ ਉਹ ਕਰਮ ਚੰਗਾ ਹੈ ਭਾਵੇਂ ਉਹ ਮਾੜਾ ਹੈ ਹੌਲੀ-ਹੌਲੀ ਉਹ ਆਦਤ ਬਣਦੀ ਹੈ ਆਦਤ ਤੋਂ ਬਾਅਦ ਜਦੋਂ ਉਹ ਬਹੁਤ ਪਰਪੱਕ ਹੋ ਜਾਂਦਾ ਹੈ ਮਜ਼ਬੂਤ ਹੋ ਜਾਂਦਾ ਹੈ ਉਹ ਕੰਮ ਤੇ ਫਿਰ ਉਹ ਸਾਡਾ ਸੁਭਾਅ ਬਣ ਜਾਂਦਾ ਹੈ ਕਰਮ ਤੋਂ ਆਦਤ ਅਤੇ ਆਦਤ ਤੋਂ ਸੁਭਾਅ ਬਣਦਾ ਹੈ ਜਦੋਂ ਸੁਭਾਅ ਬਣ ਜਾਂਦਾ ਹੈ ਤੇ ਸੁਭਾ ਤਕਰੀਬਨ ਬਦਲਦੇ ਨਹੀਂ ਹੁੰਦੇ ਸੁਭਾ ਨੂੰ ਨਿੱਜ ਧਰਮ ਆਖਿਆ ਜਾਂਦਾ ਹੈ ਸਵੈ ਧਰਮ ਹੈ ਨਿੱਜ ਧਰਮ ਹੈ ਉਹ ਧਰਮ ਜਿਹੜਾ ਇਸ ਜਨਮ ਵਿੱਚ ਮਨੁੱਖ ਪਿਛਲੇ ਜਨਮਾਂ ਤੋਂ ਲੈ ਕੇ ਆਇਆ Hindu Sikh Musliman Isai Parsi Bodhi ਇਹ ਜੋ ਕੁਝ ਵੀ ਹੈ ਅਸੀਂ ਇੱਥੇ ਆਣ ਕੇ ਇਹ ਧਰਮ ਜਿਹੜੇ ਨੇ ਇਹ اختیار ਕੀਤੇ ਨੇ ਕਿਉਂਕਿ ਇਹ ਸਰੀਰ ਦੇ ਨਾਲ ਸਾਡਾ ਇਹ ਧਰਮ ਬਣਿਆ ਪਰ ਜਿਹੜਾ ਕਰਮ ਅਸੀਂ ਸੰਸਾਰ ਵਿੱਚ ਪਿਛਲੇ ਜਨਮਾਂ ਚ ਕੀਤਾ ਉਸ ਤੋਂ ਬਾਅਦ ਸਾਡਾ ਉਹ ਸੁਭਾਅ ਬਣ ਗਿਆ ਉਹ ਸੁਭਾਅ ਸੰਸਕਾਰ ਅਖਵਾਉਂਦਾ ਹੈ ਉਹ ਸੁਭਾਅ ਕਰਮ ਅਖਵਾਉਂਦਾ ਹੈ ਉਹ ਸੁਭਾਅ ਸਾਡੀ ਭਾਵਨਾ ਅਖਵਾਉਂਦਾ ਹੈ ਉਹ ਤਕਰੀਬਨ ਤਕਰੀਬਨ ਬਦਲਣ ਵਿੱਚ ਨਹੀਂ ਆਉਂਦਾ ਪੰਜਾਬੀ ਦਾ ਇੱਕ ਮਹਾਨ ਸ਼ਾਇਰ ਹੋਇਆ ਹੈ ਸੂਫੀ ਸ਼ਾਇਰ ਵਾਰਸ ਸ਼ਾਹ ਵਾਰਸ ਸ਼ਾਹ ਇਹ ਗੱਲ ਕਹਿੰਦਾ ਹੈ ਕਿ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆ ਪੂਰੀਆ ਜੀ ਭਾਵੇਂ ਜਿੰਨਾ ਮਰਜੀ ਯਤਨ ਕਰ ਲਈਏ ਉਹ ਆਦਤ ਜਿਹੜੀ ਹੈ ਸੁਭਾਅ ਜਿਹੜਾ ਹੈ ਨਿਜ ਧਰਮ ਜਿਹੜਾ ਉਹ ਨਹੀਂ ਛੁੱਟਦਾ ਪਰ ਸਤਿਗੁਰੂ ਕਿਰਪਾ ਕਰੇ ਹੌਲੀ-ਹੌਲੀ ਮਨੁੱਖ ਦਾ ਜਦੋਂ ਕਰਮ ਉੱਚਾ ਹੋਣ ਲੱਗ ਪੈਂਦਾ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਫਿਰ ਪੁਰਾਣਾ ਸੁਭਾਅ ਵੀ ਜਿਹੜਾ ਹੈ ਨਾ ਉਹਦੀ ਤਬਦੀਲੀ ਹੋ ਜਾਂਦੀ ਹੈ ਛੁੱਟਦਾ ਤੇ ਨਹੀਂ ਪਰ ਉਹਦਾ ਢੰਗ ਬਦਲ ਜਾਂਦਾ ਹੈ ਉਹਦਾ ਤਰੀਕਾ ਬਦਲ ਜਾਂਦਾ ਹੈ ਜਿਸ ਤਰ੍ਹਾਂ ਮੈਂ ਕਈ ਵਾਰ ਮਿਸਾਲ ਦੇਣਾ ਹੁੰਨਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮੈਦਾਨੇ ਜੰਗ ਵਿੱਚ ਮਹਾਭਾਰਤ ਦੇ ਜੁਦ ਤੋਂ ਪਹਿਲਾਂ ਅਰਜੁਨ ਨੂੰ ਹਥਿਆਰ ਚੁੱਕਣ ਵਾਸਤੇ ਆਖਿਆ अर्जुन ਜਵਾਬ ਦੇ ਗਿਆ ਮੋਹ ਦੇ ਫਸਿਆ ਹੋਇਆ ਤੇ ਕਹਿਣ ਲੱਗਾ ਪਈ ਮੈਂ ਇਹ ਹਥਿਆਰ ਨਹੀਂ ਚੁੱਕਾਂਗਾ ਕਿਉਂਕਿ ਕਿੰਨੂ ਮਾਰਨਾ ਹੈ ਸਾਰੇ ਤੇ ਮੇਰੇ ਆਪਣੇ ਨੇ ਤੇ ਉਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇਹ ਕਿਰਪਾ ਕੀਤੀ ਉਹਨਾਂ ਆਖਿਆ ਸੀ ਅਰਜੁਨ ਅਸਲ ਗੱਲ ਇਹ ਹੈ ਪਈ ਤੂੰ ਕਹਿਣਾ ਹੈ ਕਿ ਮੈਂ ਹੁਣ ਤੋਂ ਲੈ ਕੇ ਹਥਿਆਰ ਚੁੱਕਣਾ ਹੀ ਨਹੀਂ ਹਥਿਆਰ ਚੁੱਕਣੇ ਜੰਗ ਕਰਨੀ ਲੜਾਈ ਕਰਨੀ ਇਹ ਤੇਰਾ ਨਿਜ ਧਰਮ ਹੈ ਇਹ ਤੂੰ ਛੱਡ ਨਹੀਂ ਸਕਦਾ ਕਿਸੇ ਵੱਡੇ ਵੀ ਇਹ ਕਰ ਲਏਗਾ ਇਸ ਵਾਸਤੇ ਮੈਂ ਅਰਜ਼ ਕਰਾਂ ਭਈ ਉਹਦਾ ਢੰਗ ਬਦਲ ਦਿੱਤਾ ਹਥਿਆਰ ਇੱਕ ਖੂਨਖਾਰ ਆਦਮੀ ਵੀ ਚੁੱਕਦਾ ਹੈ ਜਿਹੜਾ ਲੋਕਾਂ ਨੂੰ ਮਾਰਦਾ ਹੈ ਠੱਗਦਾ ਲੁੱਟਦਾ ਹੈ ਕਈ ਕੁਸ਼ ਕਰਦਾ ਹੈ ਜਿਹੜਾ ਧੱਕਾ ਕਰਦਾ ਹੈ ਕਿਸੇ ਨਾਲ ਹਥਿਆਰ ਉਹ ਵੀ ਚੁੱਕਦਾ ਹੈ ਪਰ ਹਥਿਆਰ ਇੱਕ ਧਰਮੀ ਵੀ ਚੁੱਕਦਾ ਹੈ ਪਰ ਉਹਨਾਂ ਦੇ ਕਰਮ ਵਿੱਚ ਅੱਗੋਂ ਜਾ ਕੇ ਫਰਕ ਪੈ ਜਾਂਦਾ ਹੈ ਹੁਣ ਦੇ ਜੀ ਧਰਮ ਦੋਵਾਂ ਦਾ ਲੜਨਾ ਹੈ ਕਿਸ ਵਾਸਤੇ ਲੜਨਾ ਹੈ ਇਹ ਇਸ ਸੰਸਾਰ ਵਿੱਚ ਨਿਸ਼ਚਿਤ ਹੁੰਦਾ ਹੈ ਸੋ ਇਸ ਵਾਸਤੇ ਇਸ ਵਪਾਰ ਵਿੱਚ ਇਸ ਸੰਸਾਰ ਦੇ ਬਾਜ਼ਾਰ ਵਿੱਚ ਅਸੀਂ ਆਏ ਆਂ ਇੱਥੋਂ ਹਰ ਮਨੁੱਖ ਆਪਣੀ ਮਰਜ਼ੀ ਨਾਲ ਸੌਦਾ ਖਰੀਦਦਾ ਤੇ ਮਰਜ਼ੀ ਜਿਹੜੀ ਆ ਉਹਦੀ ਪਿਛਲੇ ਕਰਮਾਂ ਅਨੁਸਾਰ ਬਣਦੀ ਹੈ ਜਿਵੇਂ ਦਾ ਪਿਛਲਾ ਕਰਮ ਹੈ ਉਹਦੇ ਅਨੁਸਾਰ ਉਹਦੀ ਭਾਵਨਾ ਬਣੀ ਤੇ ਉਹ ਆਪਣੀ ਭਾਵਨਾ ਦੇ ਅਨੁਸਾਰ ਸੌਦਾ ਖਰੀਦ ਰਿਹਾ ਹੈ ਇਸ ਸੰਸਾਰ ਵਿੱਚ ਕੋਈ ਧਨ ਦਾ ਵਪਾਰ ਕਰਦਾ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਪਰ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਸੰਸਾਰ ਦੇ ਲੋਕ ਵੀ ਬਣਜ ਕਰਦੇ ਨੇ ਵਪਾਰ ਕਰਦੇ ਨੇ ਉਹਨਾਂ ਦਾ ਆਪਣਾ ਬਿਜ਼ਨਸ ਹੈ ਕੋਈ ਸੋਨਾ ਖਰੀਦ ਰਿਹਾ ਹੈ ਕੋਈ ਹੀਰੇ ਜਵਾਹਰਾਤ ਖਰੀਦ ਰਿਹਾ ਹੈ ਕੋਈ ਸੰਸਾਰ ਦੇ ਵਿੱਚ ਤੰਬਾ ਖਰੀਦ ਰਿਹਾ ਹੈ ਵੱਖਰੀਆਂ ਵੱਖਰੀਆਂ ਧਾਤੂਆਂ ਨੇ ਉਹਨਾਂ 'ਚ ਕੋਈ ਖਰੀਦੀ ਜਾਂਦਾ ਹੈ ਕੋਈ ਕਪੜੇ ਦਾ ਵਪਾਰ ਕਰ ਰਿਹਾ ਹੈ ਕੋਈ ਅਨ ਧਨ ਦਾ ਵਪਾਰ ਅਨ ਦਾ ਵਪਾਰ ਕਰ ਰਿਹਾ ਹੈ ਹਰ ਮਨੁੱਖ ਆਪਣੇ ਆਪਣੇ ਢੰਗ ਨਾਲ ਸੌਦਾ ਖਰੀਦ ਰਿਹਾ ਹੈ ਇਥੋਂ ਤੱਕ ਵੀ ਕਹਿ ਲਈਏ ਕਿ ਕੋਈ ਚੰਗਿਆਈ ਖਰੀਦ ਲਿਆ ਕੋਈ ਬੁਰਾਈ ਖਰੀਦ ਰਿਹਾ ਹੈ ਹਰ ਮਨੁੱਖ ਦਾ ਆਪਣਾ ਢੰਗ ਹੈ ਔਰ ਆਪਣੇ ਸੁਭਾਅ ਅਨੁਸਾਰ ਮਨੁੱਖ ਸੌਦਾ ਖਰੀਦਦਾ ਜਾ ਰਿਹਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਹੁਕਮ ਕਰਦੇ ਨੇ ਪਰ ਇਸ ਸੰਸਾਰ ਵਿੱਚ ਅਸੀਂ ਸੌਦਾ ਕਿਹੜਾ ਖਰੀਦਣ ਵਾਸਤੇ ਆਏ ਆ ਸਾਡੀ ਮਰਜ਼ੀ ਅਨੁਸਾਰ ਖਰੀਦਿਆ ਹੋਇਆ ਸੌਦਾ ਘਾਟੇਵੰਦਾ ਹੋਵੇਗਾ ਜਿਹੜਾ ਅਸੀਂ ਆਪਣੀ ਮਰਜ਼ੀ ਅਨੁਸਾਰ ਖਰੀਦਨੇ ਆ ਉਹ ਘਾਟੇਵੰਦਾ ਸੌਦਾ ਹੈ ਪਰ ਜਿਹੜਾ ਸੌਦਾ ਸਤਗੁਰੂ ਦੀ ਰਜ਼ਾ ਅਨੁਸਾਰ ਉਹਦੇ ਹੁਕਮ ਅਨੁਸਾਰ ਖਰੀਦਿਆ ਜਾਂਦਾ ਹੈ ਮਨੁੱਖ ਉਸ ਤਰ੍ਹਾਂ ਦੇ ਵਪਾਰ 'ਚ ਪੈਂਦਾ ਤੇ ਉਹਨੂੰ ਉਹਦੇ 'ਚੋਂ ਲਾਭ ਪ੍ਰਾਪਤ ਹੁੰਦਾ ਹੈ ਲਾਭ ਕੀ ਪ੍ਰਾਪਤ ਕਰਨਾ ਹੈ ਇਸ ਸੰਸਾਰ ਵਿੱਚ ਲਾਭ ਅਸੀਂ ਇਹ ਪ੍ਰਾਪਤ ਕਰਨਾ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਇਸ ਮਨੁੱਖ ਨੇ ਸੱਚ ਨਾਲ ਜੁੜਨਾ ਹੈ। ਇਹ ਮਨੁੱਖ ਕਿਉਂਕਿ ਪਰਮੇਸ਼ਰ ਅਕਾਲਪੁਰਖ ਸੱਚ ਹੈ ਤੇ ਉਹਦੇ ਨਾਲ ਜੁੜਨ ਵਾਸਤੇ ਮਨੁੱਖ ਦੇ ਅੰਦਰ ਵੀ ਸੱਚ ਹੋਣਾ ਚਾਹੀਦਾ ਹੈ ਮਨੁੱਖ ਦੀ ਜ਼ੁਬਾਨ ਤੇ ਵੀ ਸੱਚ ਹੋਣਾ ਚਾਹੀਦਾ ਹੈ। ਜਦੋਂ ਮਨੁੱਖ ਸੱਚ ਨਾਲ ਜੁੜ ਜਾਏਗਾ ਤੇ ਲਾਜ਼ਮੀ ਗੱਲ ਹੈ ਕਿ ਅਕਾਲ ਪੁਰਖ ਪਰਮੇਸ਼ਰ ਕਿਉਂਕਿ ਉਹ ਖੁਦ ਸੱਚ ਦਾ ਰੂਪ ਹੈ ਉਹ ਇਹਦੇ ਤੋਂ ਵੱਖਰਾ ਨਹੀਂ ਰਹੇਗਾ ਇਸ ਵਾਸਤੇ ਸਾਨੂੰ ਸੱਚ ਨਾਲ ਜੁੜਨ ਦਾ ਆਦੇਸ਼ ਹੈ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਪਜੀ ਦਾ ਆਰੰਭ ਕੀਤਾ ਤੇ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਮੰਗਲਾ ਚਰਨ ਵਿੱਚ ਹੀ ਬਚਨ ਕੀਤਾ ਹੈ ਪਰਮੇਸ਼ਰ ਕੈਸਾ ਹੈ ਸਤਗੁਰੂ ਜੀ ਕਹਿੰਦੇ ਨੇ ਇੱਕ ਓੰਕਾਰ ਸਤਿਨਾਮ ਉਹ ਸਤ ਹੈ ਇੰਜ ਕਹਿ ਲਈਏ ਕਿ ਉਹਦਾ ਨਾਮ ਸਤ ਹੈ ਉਹਦੀ ਪ੍ਰਸਿੱਧੀ ਸਤ ਹੈ ਜਾਂ ਉਹ ਬੜਾ ਪ੍ਰਸਿੱਧ ਹੈ ਸਾਰਿਆਂ ਦੇ ਵਿੱਚ ਉਹਨੂੰ ਜਾਣਿਆ ਜਾਂਦਾ ਪਰ ਉਹ ਸਦਾ ਰਹਿਣ ਵਾਲਾ ਸਤ ਦਾ ਮਤਲਬ ਹੁੰਦਾ ਸਦਾ ਰਹਿਣ ਵਾਲਾ ਜਿਹੜਾ ਸੱਚ ਸਦਾ ਰਹਿਣ ਵਾਲਾ ਨਾ ਹੋਵੇ ਉਸ ਨੂੰ ਗੁਰਮਤ ਸੱਚ ਨਹੀਂ ਆਖਦੀ ਧਰਮ ਨਹੀਂ ਉਹਨੂੰ ਸੱਚ ਮੰਨਦਾ ਹੁਣ ਦੁਨੀਆ ਦੇ ਜਿੰਨੇ ਸੱਚ ਨੇ ਉਹ ਕੋਈ ਵੀ ਅੰਤਮ ਸੱਚ ਨਹੀਂ ਹੁੰਦਾ ਸਾਇੰਸ ਦਾ ਕੋਈ ਵੀ ਸੱਚ ਸਾਇਸਤਾਨ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਕੋਈ ਵੀ ਸੱਚ ਜਿਹੜਾ ਹੈ ਉਹ ਅੰਤਮ ਸੱਚ ਨਹੀਂ ਕਿਉਂਕਿ ਉਸ ਤੋਂ ਅੱਗੇ ਜਿਹੜੀ ਹੋਰ ਖੋਜ ਹੋ ਜਾਣੀ ਹੈ ਉਹ ਨੇ ਪਿਛਲੀਆਂ ਗੱਲਾਂ ਨੂੰ ਝੂਠੀਆਂ ਕਰ ਸਕਦੀ ਹੈ ਪਰ ਗੁਰਮਤ ਦਾ ਜਿਹੜਾ ਫਲਸਫਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਫਲਸਫਾ ਹੈ ਉਹ ਸੱਚ ਪਰਮੇਸ਼ਰ ਨਿਤ ਨਵਾ ਦੀ ਗੱਲ ਕਰਦੇ ਨੇ ਕਿ ਉਹ ਪਰਮੇਸ਼ਰ ਸਦਾ ਰਹਿਣ ਵਾਲਾ ਹੈ ਉਹ ਕਦੇ ਵੀ ਉਸ ਨੂੰ ਝੁਟਲਾਇਆ ਨਹੀਂ ਜਾ ਸਕਦਾ ਬੇਸ਼ੱਕ ਸਾਰਾ ਸੰਸਾਰ ਵੀ ਉਹਨੂੰ ਮੰਨਣ ਤੋਂ ਰਹਿ ਜਾਵੇ ਪਰ ਉਹ ਫਿਰ ਵੀ ਸੱਚ ਰੂਪ ਹੀ ਰਹੇਗਾ ਫਿਰ ਉਹ ਕਹਿੰਦੇ ਨੇ ਕੈਸਾ ਹੈ ਉਹ ਕਹਿੰਦੇ ਨੇ ਕਦੋਂ-ਕਦੋਂ ਸੱਚ ਰਿਹਾ ਕੀ ਉਹ ਸਦੀ ਵੀ ਸੱਚ ਹੈ ਪਾਤਸ਼ਾਹ ਕਹਿੰਦੇ ਨੇ ਆਜ ਸੱਚ ਜੋਗਾ ਦੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਸੀ ਸੱਚ ਹੈ ਤੇ ਸੱਚ ਰਹੇਗਾ ਭਾਵ ਉਹ ਕਦੇ ਵੀ ਘਟਣ ਵਾਲਾ ਨਹੀਂ ਇੱਕ ਰਸ ਰਹਿੰਦਾ ਹੈ ਪਰਮੇਸ਼ਰ ਫਿਰ ਕਹਿੰਦੇ ਨੇ ਜੀ ਉਹਨੂੰ ਪਾਇਆ ਕਿੱਦਾਂ ਜਾ ਸਕਦਾ ਹੈ ਉਹਨੂੰ ਪ੍ਰਾਪਤ ਕਿੱਦਾਂ ਕੀਤਾ ਜਾ ਸਕਦਾ ਹੈ ਪ੍ਰਾਪਤ ਕਰਨ ਦਾ ਤਰੀਕਾ ਪਾਤਸ਼ਾਹ ਨੇ ਦੱਸਣ ਤੋਂ ਪਹਿਲਾਂ ਸੰਸਾਰ ਦੇ ਵਿੱਚ ਜਿਹੜੇ ਤਰੀਕੇ ਚੱਲ ਰਹੇ ਸਨ ਉਹਨਾਂ ਦੀ ਗੱਲ ਕੀਤੀ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸਾਰਿਆਂ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਸਨ ਜਿਹੜੇ ਕਹਿੰਦੇ ਸਨ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਜਾਂ ਜਲਧਾਰੇ ਆਦਿਕ ਕਰਮ ਕਰਨ ਦੇ ਨਾਲ ਇਹ ਮਨੁੱਖ ਸੁੱਚਾ ਹੋ ਸਕਦਾ ਹੈ ਇਸ਼ਨਾਨ ਨਾਲ ਬੰਦਾ ਸੁੱਚਾ ਹੋ ਜਾਏਗਾ ਇਸ ਵਾਸਤੇ ਉਹ ਤੀਰਥਾਂ ਤੇ ਜਾ ਕੇ ਸਮੁੰਦਰਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ ਪਰ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਤਾਂ ਇਸ਼ਨਾਨ ਇਸ਼ਨਾਨ ਨਾਲ ਤੇ ਸਰੀਰ ਦੀ ਪਵਿੱਤਰਤਾ ਦਾ ਸੰਬੰਧ ਹੈ ਅੰਦਰ ਦੀ ਪਵਿੱਤਰਤਾ ਮਨ ਦੀ ਪਵਿੱਤਰਤਾ ਵਿਚਾਰਾਂ ਦੀ ਪਵਿੱਤਰਤਾ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਬਚਨ ਇੱਥੋਂ ਸ਼ੁਰੂ ਕੀਤਾ ਕਿ ਸੋਚਾ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਜਿੰਨਾ ਮਰਜੀ ਤੂੰ ਪਵਿੱਤਰ ਹੋਣ ਦਾ ਯਤਨ ਕਰੀ ਜਾ ਕਿਉਂਕਿ ਰੱਬ ਪਰਮੇਸ਼ਰ ਜਿਹੜਾ ਅਕਾਲ ਪੁਰਖ ਹੈ ਉਹ ਪਵਿੱਤਰ ਹੈ ਪਵਿੱਤਰ ਵਿੱਚ ਮਿਲਣ ਵਾਸਤੇ ਤੈਨੂੰ ਪਵਿੱਤਰ ਹੋਣਾ ਪਵੇਗਾ ਪਾਵਨ ਹੋਣਾ ਪਵੇਗਾ ਪਰ ਸਤਸੰਗੀ ਜਨੋ ਸਤਗੁਰੂ ਜੀ ਕਹਿੰਦੇ ਨੇ ਵੀ ਪਵਿੱਤਰ ਜਿਹੜਾ ਹੈ ਉਹ ਹੋਇਆ ਕਿਦਾਂ ਜਾ ਸਕਦਾ ਹੈ ਕੀ ਇਸ਼ਨਾਨ ਕਰਨ ਨਾਲ ਪਵਿੱਤਰ ਹੋ ਜਾਏਗਾ ਕੀ ਬਾਹਰੀ ਮਰਿਆਦਾ ਰੱਖਣ ਨਾਲ ਤੂੰ ਪਵਿੱਤਰ ਹੋ ਜਾਏਗਾ ਅਸਲ ਵਿੱਚ ਬਾਹਰੀ ਮਰਯਾਦਾ ਜਿਹੜੀ ਹੈ ਇਸ਼ਨਾਨ ਕਰਨਾ ਜਾਂ ਸੋਚ-ਸੋਧ ਰੱਖਣੀ ਇਹ ਕਿਹਦੇ ਵਾਸਤੇ ਆ ਇਹ ਹੈ ਸਾਡਾ ਸਕੂਲ ਦਾ ਦਾਖਲਾ ਇਹ ਸਾਡੀ ਸ਼ੁਰੂਆਤ ਹੈ ਕਿ ਸਾਨੂੰ ਇੱਕ ਸੰਚੇ ਵਿੱਚ ਇੱਕ ਨਿਜ਼ਮ ਵਿੱਚ ਵੱਜਣ ਦੀ ਜਾਂਚ ਆ ਜਾਏ ਅਸੀਂ ਨਿਜ਼ਮ ਵਿੱਚ ਵੱਜਣ ਲੱਗ ਪਾਵਾਂਗੇ ਜਦੋਂ ਸਾਡਾ ਸਰੀਰ ਜਿਹੜਾ ਹੈ ਉਹ ਨਿਜ਼ਮ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਸਾਡਾ ਮਨ ਵੀ ਜਿਹੜਾ ਹੈ ਉਸ ਪਾਸੇ ਨੂੰ ਤੁਰਨਾ ਸ਼ੁਰੂ ਹੋ ਜਾਂਦਾ ਹੈ ਇਸ ਵਾਸਤੇ ਇਹ ਚੀਜ਼ਾਂ ਜੜੀਆਂ ਨੇ ਇਹ ਇਸ ਵਾਸਤੇ ਨੇ ਕਿ ਉਸ ਪਾਸੇ ਨੂੰ ਹੁਣ ਅਸੀਂ ਤੁਰਨ ਲੱਗੇ ਆਂ ਇਹ ਸ਼ੁਰੂਆਤ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ਼ਨਾਨ ਕਰਨ ਦੇ ਨਾਲ ਪਵਿੱਤਰਤਾ ਨਹੀਂ ਹੋ ਸਕਦੀ ਭਗਤ ਕਬੀਰ ਜੀ ਨੇ ਵੀ ਬਚਨ ਕੀਤਾ ਜਲ ਕੈ ਮੱਜਨ ਜੇ ਗਤ ਹੋਵੈ ਨਿਤ ਨਿਤ ਮੈਂਡਕ ਨਾਵੈ ਜੈਸੇ ਮੈਂਡਕ ਤੈਸੇ ਹੋਇ ਨਰ ਫਿਰ ਫਿਰ ਜੋਨੀ ਆਵੇ ਜੇ ਪਾਣੀ ਦੇ ਨਾਲ ਇਸ਼ਨਾਨ ਕੀਤਿਆਂ ਸੁੱਚਾ ਹੋ ਸਕਦਾ ਹੁੰਦਾ ਮਨੁੱਖ ਤੇ ਡੱਡੂ ਜਿਹੜਾ ਮੱਛੀਆਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਹੀ ਰਹਿੰਦੀਆਂ ਨੇ ਫਿਰ ਤਾਂ ਉਹ ਸੁਚੀਆਂ ਹੋਣੀਆਂ ਚਾਹੀਦੀਆਂ ਸੀ ਪਰ ਉਹ ਤਾਂ ਸੁਚੀਆਂ ਹੋਈਆਂ ਨਹੀਂ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਸੈਂਕੜੇ ਵਾਰੀ ਵੀ ਇਸ਼ਨਾਨ ਕਰ ਲਿਆ ਜਾਵੇ ਤਾਂ ਇਹ ਮਨ ਜਿਹੜਾ ਹੈ ਉਹ ਪਵਿੱਤਰ ਨਹੀਂ ਹੋ ਸਕਦਾ ਫਿਰ ਅੱਗੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਕੁਝ ਲੋਕ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਸਾਡੀਆਂ ਜਿਹੜੀ ਇਹ ਇਹ ਇੰਦਰੀਆਂ ਹਨ ਸਾਡੇ ਜਿਹੜੇ ਇਹ ਸਾਧਨ ਪਰਮੇਸ਼ਰ ਨੇ ਦਿੱਤੇ ਨੇ ਉਸ ਦੇ ਨੌ ਦੁਆਰਾਂ ਦੀ ਗੱਲ ਦਸਮ ਦੁਆਰ ਦੀ ਗੱਲ ਚੱਲੀ ਸੀ ਪਈ ਨੌ ਦੁਆਰ ਨੇ ਇਹ ਜਿਹੜੇ ਨੇ ਇਹ ਕਿਦਾਂ ਪਵਿੱਤਰ ਹੋ ਸਕਦੇ ਨੇ ਉਹ ਕਹਿੰਦੇ ਨੇ ਜੀ ਸੰਸਾਰ ਦੇ ਵਿੱਚ ਇੱਕ ਟ੍ਰੈਂਡ ਚੱਲਦਾ ਹੈ ਪਈ ਅੱਖਾਂ ਬੰਦ ਕਰ ਲਓ ਤੁਸੀਂ ਮਾੜਾ ਵੇਖੋਗੇ ਹੀ ਨਾ ਸੰਸਾਰ ਨੂੰ ਵੇਖੋ ਹੀ ਨਾ ਜ਼ੁਬਾਨ ਨੂੰ ਬੰਦ ਕਰ ਲਓ ਬੋਲੋ ਨਾ ਤੇ ਭਲਾ ਹੋ ਜਾਏਗਾ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਬੋਲਣ ਦੇ ਨਾਲ ਵੀ ਤੇ ਗੱਲ ਨਹੀਂ ਬਣਨੀ ਚੁੱਪ ਕਰਨ ਨਾਲ ਵੀ ਤੇ ਗੱਲ ਨਹੀਂ ਬਣਨੀ ਕਿਉਂ ਨਹੀਂ ਬਣਨੀ ਕਿਉਂਕਿ ਅਸੀਂ ਜ਼ਬਾਨ ਤੇ ਬੰਦ ਕਰ ਲਈ ਪਰ ਸਾਡਾ ਮਨ ਤੇ ਉਸ ਤਰ੍ਹਾਂ ਹੀ ਜਿਹੜੇ ਫੁਰਨੇ ਨੂੰ ਚੱਲ ਰਹੇ ਨੇ ਸਭ ਕੁ ਬਹੁਤੇ ਚੱਲ ਰਹੇ ਨੇ ਤੁਸੀਂ ਵੇਖਿਆ ਹੈ ਕਿਉਂਕਿ ਤੁਸੀਂ ਅਭਿਆਸ ਵਾਲੇ ਪਾਸੇ ਚੱਲਦੇ ਹੋ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਿਹੜਾ ਬੰਦਾ ਇਕਾਂਤ ਵਿੱਚ ਨਹੀਂ ਬੈਠਦਾ ਉਹਨੂੰ ਨਹੀਂ ਪਤਾ ਭਈ ਉਦਾਂ ਵਿਚਾਰ ਇੱਕ ਚੱਲਦਾ ਹੁੰਦਾ ਜਦੋਂ ਅਸੀਂ ਆਮ ਗੱਲਬਾਤ ਕਰਦੇ ਆਂ ਤੁਰੇ ਫਿਰਦੇ ਆਂ ਉਦੋਂ ਇੱਕੋ ਹੀ ਵਿਚਾਰ ਚੱਲਦਾ ਹੁੰਦਾ ਕਰੀਬ ਕਰੀਬ ਸਾਡੇ ਮਨ ਅੰਦਰ ਪਰ ਜਦੋਂ ਅਸੀਂ ਭਜਨ ਕਰਨ ਬੈਠਦੇ ਆ ਮੰਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਕੀ ਹੁੰਦਾ ਬਹੁਤ ਸਾਰੇ ਵਿਚਾਰ ਬਾਰ ਬਾਰ ਇੱਧਰ ਦੇ ਵਿਚਾਰ ਉੱਧਰ ਦੇ ਵਿਚਾਰ ਆ ਹੀ ਜਾਂਦੇ ਨੇ ਸਗੋਂ ਵਿਚਾਰ ਵੱਧ ਜਾਂਦੇ ਨੇ ਇਸ ਵਾਸਤੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜ਼ੁਬਾਨ ਦੇ ਨਾਲ ਚੁੱਪ ਕਰਨ ਨਾਲ ਤੇ ਚੁੱਪ ਨਹੀਂ ਕੀਤਾ ਕਿਉਂਕਿ ਵਿਚਾਰ ਤੇ ਅੱਗੇ ਨਾਲੋਂ ਵੀ ਸਗੋਂ ਵੱਧ ਗਏ ਇਸ ਵਾਸਤੇ ਜੇ ਤੂੰ ਅੱਖਾਂ ਕੇ ਇਹਦੇ ਨਾਲ ਤੇਰਾ ਮਨ ਪਵਿੱਤਰ ਹੋ ਜਾਏਗਾ ਮਨ ਪਵਿੱਤਰ ਹੋਣ ਦੀ ਬਜਾਏ ਸਗੋਂ ਹੋਰ ਅਪਵਿੱਤਰ ਹੋਇਆ ਪਿਆ ਹੈ ਸੋ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਚੁੱਪੇ ਚੁੱਪ ਨਾ ਹੋਈ ਜੇ ਲਾਏ ਰਹਾ ਲੈਵਤਾਰ ਤੀਸਰਾ ਬਚਨ ਸੱਚੇ ਪਾਤਸ਼ਾਹ ਕੀਤਾ ਕਿ ਭੁੱਖਿਆ ਭੁੱਖ ਨਾ ਉਤਰੀ ਜਬਨਾ ਪ੍ਰੀਆ ਪਹਾਰ ਸਤਿਗੁਰੂ ਜੀ ਬਚਨ ਕਰਦੇ ਨੇ ਭਈ ਇੱਕ ਲੋਕਾਂ ਦਾ ਇਸ ਤਰ੍ਹਾਂ ਦਾ ਧਾਰਮਿਕ ਰਵਈਆ ਬਣਿਆ ਹੋਇਆ ਰੀਤੀ ਬਣੀ ਹੋਈ ਹੈ ਭਈ ਮਨੁੱਖ ਜਿਹੜਾ ਹੈ ਉਹ ਵਰਤ ਰੱਖੇ ਖਾਵੇ ਨਾ ਉਹ ਉਪਵਾਸ ਕਰੇ ਜਿੰਨਾ ਉਹ ਇਸ ਸਰੀਰ ਨੂੰ ਭਾਵ ਤੇ ਉਹਨਾਂ ਦਾ ਇਹ ਸੀ ਕਿ ਜਿੰਨਾ ਸਰੀਰ ਕਮਜ਼ੋਰ ਹੋ ਜਾਏਗਾ ਇਹ ਇੰਦਰੀਆਂ ਕਮਜ਼ੋਰ ਹੋ ਜਾਣਗੀਆਂ ਤੇ ਇੰਨੇ ਇਹਦੇ ਬਲਬਲੇ ਘਟ ਜਾਣਗੇ ਪਰ ਅਸਤਰਾਂ ਹੁੰਦਾ ਨਹੀਂ ਗੁਰੂ ਸਾਹਿਬ ਇਸ ਗੱਲ ਨੂੰ ਨਹੀਂ ਮੰਨਦੇ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਦਾ ਇੱਕ ਬਚਨ ਹੈ ਕਿ ਬਰਧੰਤ ਜਰੂਵਾ ਹਿਤਯੰਤ ਮਾਇਆ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਕਹਿੰਦੇ ਨੇ ਬਰਧੰਤ ਜਰੂਵਾ ਜਰੂਵਾ ਤੋਂ ਭਾਵ ਹੈ ਬੁਢਾਪਾ ਕਹਿੰਦੇ ਨੇ ਜਿਉਂ-ਜਿਉਂ ਵਡਾਪਾ ਵੱਧਦਾ ਜਾਂਦਾ ਹੈ ਤਿਉਂ-ਤਿਉ ਤ੍ਰਿਸ਼ਨਾਵਾਂ ਸਗੋਂ ਵਧੀਆਂ ਜਾਂਦੀਆਂ ਨੇ ਵਿਚਾਰ ਸਗੋਂ ਵਧਦੇ ਜਾਂਦੇ ਨੇ ਆ ਮਿਲ ਜਾਏ ਉਹ ਮਿਲ ਜਾਏ ਜੇ ਆਪਣੇ ਵਾਸਤੇ ਨਹੀਂ ਮੇਰੇ ਬੱਚਿਆਂ ਨੂੰ ਮਿਲ ਜਾਏ ਮੇਰੇ ਭੈਣ ਭਰਾ ਨੂੰ ਮਿਲ ਜਾਏ ਉਹਨੂੰ ਮਿਲ ਜਾਏ ਮੇਰੇ ਕੋਲ ਆ ਹੋਵੇ ਇਸ ਤਰ੍ਹਾਂ ਦੀਆਂ ਚਿੰਤਾਵਾਂ ਇਸ ਤਰ੍ਹਾਂ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਤੇ ਵਧਦੀਆਂ ਰਹਿਣਗੀਆਂ ਇਸ ਵਾਸਤੇ ਕਹਿੰਦੇ ਨੇ ਬਾਹਰੋਂ ਤੇ ਭੁੱਖਾ ਰਹਿ ਲਿਆ ਪਰ ਬੜਾ ਕੁਝ ਜੋੜ ਕੇ ਵੀ ਰੱਖਿਆ ਹੋਵੇ ਪਈ ਸਾਰਾ ਕੁਝ ਮੇਰੇ ਕੋਲ ਹੈਗਾ ਪਰ ਮੈਂ ਸਾਰਾ ਕੁਝ ਹੁੰਦਿਆਂ ਕੋਲ ਵੀ ਭੁੱਖਾ ਰਹਿਣਾ ਪਰ ਕੀ ਉਹ ਸਾਰਿਆ ਕੁਝ ਰੱਖਣ ਦੇ ਨਾਲ ਤੇਰੀ ਭੁੱਖ ਜਿਹੜੀ ਸੀ ਉਹ ਨਿਵਰਤ ਹੋ ਗਈ ਭੁੱਖਾ ਰਹਿਣ ਨਾਲ ਤੇਰੀ ਭੁੱਖ ਨਿਵਰਤ ਹੋ ਗਈ ਪਾਤਸ਼ਾਹ ਕਹਿੰਦੇ ਨਹੀਂ ਕਦੇ ਵੀ ਨਹੀਂ ਹੋ ਸਕਦਾ ਭੁੱਖ ਤਾਂ ਮਿਟ ਜਾਣੀ ਚਾਹੀਦੀ ਸੀ ਪਰ ਭੁੱਖ ਮਿਟੀ ਨਹੀਂ ਕਿਉਂ ਨਹੀਂ ਮਿਟੀ ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਭੁੱਖ ਮਿਟਾਉਣੀ ਚਾਹੁੰਦੇ ਸਾਂ ਉਹ ਤਾਂ ਅਸੀਂ ਵਰਤਿਆਂ ਹੀ ਨਹੀਂ ਉਸ ਪਾਸੇ ਅਸੀਂ ਤੁਰੇ ਹੀ ਨਹੀਂ ਭੁੱਖੇ ਰਹਿਣ ਨਾਲ ਵੀ ਗੱਲ ਜਿਹੜੀ ਆ ਉਹ ਨਹੀਂ ਬਣ ਸਕਦੀ ਫਿਰ ਪੁੱਛਿਆ ਜੀ ਕਿਵੇਂ ਬਣੇਗੀ ਸਤਿਗੁਰੂ ਜੀ ਕਹਿੰਦੇ ਨੇ ਫਿਰ ਸੱਚ ਨਾਲ ਜੁੜਨਾ ਹੈ ਤੇ ਫਿਰ ਸਚਿਆਰ ਹੋਇਆ ਗੱਲ ਬਣੇਗੀ ਸਚਿਆਰ ਹੋਣਾ ਪਵੇਗਾ ਸੱਚ ਰੂਪ ਹੋਣਾ ਪਵੇਗਾ ਸੱਚ ਨਾਲ ਜੁੜਨਾ ਪਵੇਗਾ ਫਿਰ ਅੱਗੇ ਸਵਾਲ ਕੀਤਾ ਪਾਤਸ਼ਾਹ ਕਹਿੰਦੇ ਨੇ ਕਿਵ ਸਚਿਆਰ ਆ ਹੋਈ ਐ ਕਿ ਵਕੂੜਾ ਟੁੱਟੇ ਪਾਲ ਸਚਿਆਰ ਕਿਵੇਂ ਬਣੀ ਐ ਸੱਚ ਨਾਲ ਕਿਵੇਂ ਜੁੜੀ ਐ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਨੇ ਝੂਠ ਦੀ ਕੰਧ ਢਾ ਦਿਓ ਝੂਠ ਦੀ ਦੀਵਾਰ ਜਿਹੜੀ ਬਣੀ ਹੋਈ ਹੈ ਵਿੱਚ ਪਰਦਾ ਜਿਹੜਾ ਹੈ ਝੂਠਦਾ ਉਹਨੂੰ ਢਾ ਦਿਓ ਤੇ ਸੱਚ ਰੂਪ ਹੋ ਜਾਓਗੇ ਤੇ ਫਿਰ ਸਵਾਲ ਆਇਆ ਕਿ ਉਹ ਕੂੜ ਦੀ ਕੰਧ ਜਿਹੜੀ ਹੈ ਉਹ ਕਿਵੇਂ ਟਹੇ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਝੂਠ ਦੀ ਕੰਧ ਢਾਉਣੀ ਹੈ ਜੇ ਸੱਚ ਨਾਲ ਜੁੜਨਾ ਹੈ ਤੇ ਫਿਰ ਹੁਕਮ ਨਾਲ ਜੋੜ ਸਭ ਤੋਂ ਔਕਾ ਤਰੀਕਾ ਜਿਹੜਾ ਹੈ ਉਹ ਕੀ ਹੈ ਹੁਕਮ ਨਾਲ ਜੁੜ ਜਾ ਹੁਕਮ ਹੈ ਇਸ਼ਨਾਨ ਕਰਨਾ ਤੇ ਤੈਨੂੰ ਫਾਇਦਾ ਹੋ ਜਾਏਗਾ ਕਿਉਂ ਕਿਉਂਕਿ ਫਾਇਦਾ ਇਸ਼ਨਾਨ ਨੇ ਨਹੀਂ ਦੇਣਾ ਯਾਦ ਰੱਖਣਾ ਫਾਇਦਾ ਇਸ਼ਨਾਨ ਨੇ ਨਹੀਂ ਦੇਣਾ ਇਸ਼ਨਾਨ ਨੇ ਤਾਂ ਪਵਿੱਤਰ ਨਹੀਂ ਕਰ ਸਕਣਾ ਸਾਡਾ ਮਨ ਪਰ ਹੁਕਮ ਹੈ ਸਤਿਗੁਰੂ ਦਾ ਇਸ ਵਾਸਤੇ ਜਦੋਂ ਤੂੰ ਹੁਕਮ ਨਾਲ ਜੁੜ ਜਾਏਗਾ ਤੇ ਕਿਉਂਕਿ ਹੁਕਮ ਮੰਨ ਕੌਣ ਸਕਦਾ ਹੈ ਇਹ ਵੀ ਯਾਦ ਰੱਖਣਾ ਜਦੋਂ ਹੁਕਮ ਹੁੰਦਾ ਅਸੀਂ ਹੁਕਮ ਨੂੰ ਮੰਨਦੇ ਆਂ ਤੇ ਸਾਡੀ ਹਉਮੈ ਹੀ ਵੱਡੀ ਰੁਕਾਵਟ ਹੈ ਇਸ ਹੁਕਮ ਨੂੰ ਨਾ ਮੰਨਣ ਵਿੱਚ ਸਾਡੀ ਈਗੋ ਜਿਹੜੀ ਹੈ ਉਹ ਸਾਨੂੰ ਹੁਕਮ ਨਹੀਂ ਮੰਨਣ ਦਿੰਦੀ ਪਰ ਜਦੋਂ ਮਨੁੱਖ ਹੁਕਮ ਮੰਨ ਲੈਂਦਾ ਤੇ ਉਦੋਂ ਕੰਧ ਢਹਿ ਜਾਂਦੀ ਜਦੋਂ ਹੰਕਾਰ ਦੀ ਕੰਧ ਢਹਿ ਜਾਂਦੀ ਹੈ ਮੈਂ ਹੀ ਨਾ ਰਹੀ ਤੇ ਫਿਰ ਆਤਮਾ ਜਿਹੜਾ ਹੈ ਉਹ ਪਵਿੱਤਰ ਹੋਣਾ ਹੀ ਹੈ ਫਿਰ ਸੱਚ ਨਾਲ ਜੁੜਨਾ ਹੀ ਹੈ ਫਿਰ ਉਹ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਨਾ ਜੇ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਭਜਨ ਕਰਨਾ ਤੇ ਕਰਨਾ ਜੇ ਸਤਿਗੁਰੂ ਜੀ ਹੁਕਮ ਕਰਦੇ ਨੇ ਬਾਣੀ ਪੜ੍ਹਨੀ ਹੈ ਤੇ ਪੜ੍ਹਨੀ ਹੈ ਇਹ ਸ਼ੰਕਾ ਨਹੀਂ ਕਰਨਾ ਵੀ ਹੁਣ ਤੱਕ ਕੁਝ ਨਹੀਂ ਮਿਲਿਆ ਬਹੁਤ ਸਾਰੀ ਵਾਰੀ ਇਹ ਅਸੀਂ ਵੇਖਦੇ ਆਂ ਵੀ ਬਣਿਆ ਤੇ ਕੁਝ ਨਹੀਂ ਜੀ ਬਣਿਆ ਤੇ ਕੁਝ ਨਹੀਂ ਸਾਡਾ ਫਿਰ ਅਸੀਂ ਛੱਡਣ ਵਾਸਤੇ ਤਿਆਰੀ ਕਰਦੇ ਆਂ ਅਸਲ ਵਿੱਚ ਉਸ ਪਾਸੇ ਅਜੇ ਤੁਰੇ ਹੀ ਨਹੀਂ ਹਾਲੇ ਤੇ ਆਪਾਂ ਕੰਮ ਸਿੱਖ ਰਹੇ ਆਂ ਤੇ ਜਦੋਂ ਕੰਮ ਸਿੱਖ ਕੇ ਤੇ ਫਿਰ ਉਹ ਕੰਮ ਕਰਾਂਗੇ ਉਹਦੀ ਨੌਕਰੀ ਲਵਾਂਗੇ ਤਾਂ ਫੇਰ ਹੀ ਹੀ ਹੈ ਨਾ ਫੇਰ ਹੀ ਕੁਝ ਮਿਲੇਗਾ ਪਰ ਅਸੀਂ ਤਾਂ ਜੇ ਕੰਮ ਹੀ ਨਹੀਂ ਸਿੱਖ ਸਕੇ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਇਹ ਹੀ ਨਹੀਂ ਪਤਾ ਲੱਗਦਾ ਭਜਨ ਕਿੱਦਾਂ ਕਰਨਾ ਇਹ ਹੀ ਨਹੀਂ ਪਤਾ ਲੱਗਦਾ ਗੁਰੂ ਦੇ ਹੁਕਮ ਚ ਕਿੱਦਾਂ ਰਹਿਣਾ ਮਰਿਆਦਾ ਕੀ ਹੈ ਇਹ ਹੀ ਨਹੀਂ ਪਤਾ ਲੱਗਦਾ ਮਨ ਜਿਹੜਾ ਉਹ ਸਗੋਂ ਹੋਰ ਵੱਧ ਭਟਕਦਾ ਰਹਿੰਦਾ ਪਰ ਅਸੀਂ ਕਹਿੰਨੇ ਜੀ ਬਣਿਆ ਕੁਝ ਨਹੀਂ ਇਸ ਵਾਸਤੇ ਅਸੀਂ ਨਹੀਂ ਕਰਦੇ ਪਰ ਸਤਸੰਗੀ ਜਨੋ ਜਿਸ ਤਰ੍ਹਾਂ ਦੁਨੀਆਦਾਰੀ ਦੇ ਕੰਮ ਅਸੀਂ ਨਹੀਂ ਛੱਡਦੇ ਉਹ ਹੁਕਮ ਵਿੱਚ ਰਹਿ ਕੇ ਹੁਕਮ ਅਨੁਸਾਰ ਅਸੀਂ ਕਰਦੇ ਰਹਿਣਾ ਜਦੋਂ ਹੁਕਮ ਦਾ ਮਾਲਕ ਸਤਿਗੁਰੂ ਸਾਡੇ ਤੇ ਖੁਸ਼ ਹੋ ਜਾਏਗਾ ਦੁਨੀਆਂ ਦੀਆਂ ਸਾਰੀਆਂ ਪ੍ਰਾਪਤੀਆਂ ਆਪਣੇ ਆਪ ਹੀ ਹੋ ਜਾਂਦੀਆਂ ਨੇ ਇਹ ਤਾਂ ਬਹੁਤ ਛੋਟੀ ਗੱਲ ਹੈ ਇਸ ਵਾਸਤੇ ਸਤਿਗੁਰੂ ਜੀ ਨੇ ਹੁਕਮ ਦਾ ਪੈਗਾਮ ਸਾਨੂੰ ਦਿੱਤਾ ਹੈ ਕਿ ਹੁਕਮ ਵਿੱਚ ਰਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਹੈ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਗਰੀਬਨਵਾਸ ਸੱਚ ਪਾਤਸ਼ਾਹ ਕਹਿੰਦੇ ਨੇ ਸਿੱਖ ਕੌਣ ਐ ਸਿੱਖ ਕਿਹਨੂੰ ਕਹਿੰਦੇ ਨੇ ਚਿੱਟੀ ਪਗ ਬੰਨਣ ਨਾਲ ਸਿੱਖ ਬਣ ਜਾਏਗਾ ਕਿਰਪਾਨ ਪਾਉਣ ਨਾਲ ਸਿੱਖ ਬਣ ਜਾਏਗਾ ਮਾਲਾ ਪਾਉਣ ਨਾਲ ਸਿੱਖ ਬਣ ਜਾਏਗਾ ਪੰਜ ਕਕਾਰ ਰੱਖਣ ਨਾਲ ਸਿੱਖ ਬਣ ਜਾਏਗਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ ਸਿੱਖ ਬਣ ਜਾਏਗਾ ਨਹੀਂ ਭਜਨ ਪੁੱਛਣ ਨਾਲ ਸਿੱਖ ਬਣ ਜਾਏਗਾ ਨਹੀਂ ਸਿੱਖ ਕੌਣ ਐ ਮੈਂ ਕੱਲ ਵੀ ਗੱਲ ਕਰਦਾ ਸੀ ਇੱਕ ਮਹਾਤਮਾ ਸਨ ਉਹਨਾਂ ਦੇ ਕੋਲ ਇੱਕ ਸਿੱਖ ਆਇਆ ਆਦਮੀ ਆਇਆ ਤੇ ਉਹਨੇ ਉਹਨੂੰ ਪੁੱਛਦੇ ਨੇ ਉਹ ਮਹਾਤਮਾ ਭਈ ਤੇਰਾ ਨਾਂ ਕੀ ਹੈ ਉਹਨੇ ਨਾਂ ਦੱਸਿਆ ਕਹਿੰਦੇ ਨੇ ਕਿਦਾ ਸਿੱਖ ਹੈ ਕਹਿੰਦਾ ਜੀ ਮੈਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਹ ਮਹਾਤਮਾ ਉਹਨੂੰ ਕਹਿੰਦੇ ਨੇ ਵੀ ਤੂੰ ਬਣ ਗਿਆ ਸਿੱਖ ਬਣ ਗਿਆ ਉਹਦਾ ਉਹ ਚੁੱਪ ਕਰ ਗਿਆ ਉਹ ਆਪਣੇ ਵਾਲਾ ਹੱਥ ਮਾਰ ਕੇ ਆਪਣੇ ਨਾਲ ਵਾਲਿਆਂ ਨੂੰ ਕਹਿੰਦੇ ਨੇ ਵੀ ਮੈਂ ਇਹਦਾ ਉਹਦਾ ਨਾਂ ਲੈ ਕੇ ਕਹਿੰਦੇ ਨੇ ਜੇ ਮੈਂ ਆਖਾਂ ਮੈਂ ਇਹਦਾ ਮੁੰਡਾ ਤੇ ਇਹਦੀ ਜਾਇਦਾਦ ਮੈਨੂੰ ਮਿਲ ਜੇਗੀ ਉਹ ਕਹਿੰਦੇ ਜੀ ਨਹੀਂ ਐਦਾਂ ਤਾਂ ਨਹੀਂ ਮਿਲੇਗੀ ਇਹ ਮੰਨੇ ਵੀ ਮੁੰਡਾ ਹੈ ਮੇਰਾ ਤੇ ਫੇਰ ਹੀ ਮਿਲੇਗੀ ਨਾ ਜੀ ਜਾਇਦਾਦ ਆਂਦੇ ਫਿਰ ਸਿੱਖ ਤੇ ਤਾਂ ਹੀ ਬਣੇਗਾ ਨਾ ਕੋਈ ਜੇ ਗੁਰੂ ਗੋਬਿੰਦ ਸਿੰਘ ਮੰਨੇਗਾ ਵੀ ਮੇਰਾ ਪੁੱਤਰ ਹੈ ਜੇ ਸਤਿਗੁਰੂ ਮੰਨ ਲਵੇ ਵੀ ਮੇਰਾ ਆ ਤੇ ਫੇਰ ਹੀ ਹੈ ਨਾ ਜਿੰਨਾ ਚਿਰ ਸਤਿਗੁਰੂ ਨਾ ਮੰਨੇ ਉਨਾ ਚਿਰ ਕਾ ਦਾ ਸਿੱਖ ਹੈ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਹੁਕਮ ਵਿੱਚ ਰਹਿ ਕੇ ਕੀਤੀ ਸੇਵਾ ਸਫਲ ਹੈ ਆਪਣੀ ਮਰਜ਼ੀ ਨਾਲ ਸੇਵਾ ਕੀਤੀ ਸਫਲ ਹੀ ਨਹੀਂ ਹੁਕਮ ਵਿੱਚ ਰਹਿ ਕੇ ਸੇਵਾ ਕਰੇਗਾ ਸਤਿਗੁਰ ਦਾ ਮਨ ਮੰਨ ਲਿਆ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਜੇ ਜਦੋਂ ਸਤਿਗੁਰੂ ਦਾ ਮਨ ਮੰਨ ਗਿਆ ਪਾਪਾਂ ਦੀ ਢੇਰੀ ਉਦੋਂ ਹੀ ਖਤਮ ਪਾਪ ਉਦੋਂ ਹੀ ਨਾਸ ਹੋ ਜਾਣੇ ਨੇ ਪਾਪ ਨਹੀਂ ਰਹਿਣੇ ਇਸ ਵਾਸਤੇ ਗੁਰੂ ਕੇ ਪਿਆਰਿਓ ਸਾਡੇ ਵਾਸਤੇ ਕੀ ਹੈ ਹੁਕਮ ਜੋ ਹੁਕਮ ਹੈ ਗੁਰ ਕਹਿਆ ਸਾਕਾਰ ਕਮਾਵ ਜਦੋਂ ਹੁਕਮ ਵਿੱਚ ਰਹਿਣ ਦੀ ਜਾਂਚ ਆ ਜਾਏਗੀ ਫਿਰ ਕੀ ਹੋਵੇਗਾ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਹੁਕਮੈ ਜੇ 부ਝੈ ਤਾ ਹੋ ਮੈਂ ਕਹੈ ਨ ਕੋਈ ਜੇ ਕੋਈ ਹੁਕਮ ਨੂੰ ਜਾਣ ਲਵੇਗਾ ਹੁਕਮ ਨੂੰ ਬੁੱਝ ਲਵੇਗਾ ਤੇ ਫਿਰ ਹੰਕਾਰ ਨਹੀਂ ਕਰੇਗਾ ਫਿਰ ਉਹ ਆਪਣੀ ਮਰਜ਼ੀ ਨਹੀਂ ਕਰੇਗਾ ਫਿਰ ਉਹ ਕੀ ਕਰੇਗਾ ਜਿਸ ਪਾਸੇ ਨੂੰ ਮੇਰਾ ਸਤਿਗੁਰੂ ਤੋਰਦਾ ਮੈਂ ਉਸ ਪਾਸੇ ਨੂੰ ਤੁਰਿਆ ਜਾਣਾ ਕਿਉਂਕਿ ਚਾਰ ਚੀਜ਼ਾਂ ਨੇ ਮਨ ਹੈ ਚਿੱਤ ਹੈ ਬੁੱਧੀ ਹੈ ਤੇ ਹੰਕਾਰ ਹੈ ਚਾਰ ਚੀਜ਼ਾਂ ਨੇ ਇਹਨਾਂ ਚੋਂ ਤੋਂ ਅਸੀਂ ਇਹਨਾਂ ਨੂੰ ਨਿਰਮਲ ਕਰਨ ਦੀ ਗੱਲ ਆਉਂਦੀ ਹੈ ਗੁਰਮਤਿ ਵਿੱਚ ਕਿ ਇਹਨਾਂ ਨੂੰ ਸਾਫ਼ ਕਰਨਾ ਹੈ ਨਿਰਮਲ ਕਰਨਾ ਹੈ ਮਨ ਦਾ ਕੰਮ ਹੈ ਉਹਨੇ ਫੁਰਨੇ ਪੈਦਾ ਕਰਨੇ ਨੇ ਕਰ ਹੀ ਜਾਣੇ ਨੇ ਵਿਚਾਰ ਪੈਦਾ ਹੋ ਹੀ ਜਾਣੇ ਨੇ ਮਨ ਵਿੱਚ ਜਿੱਦਾਂ ਦਾ ਮਨ ਹੋਵੇਗਾ ਉਦਾਂ ਦੇ ਵਿਚਾਰ ਪੈਦਾ ਕਰੀ ਜਾਏਗਾ ਪਰ ਮਨ ਜਿਹੜਾ ਹੈ ਉਹ ਚਿੱਤ ਦੇ ਆਧਾਰਿਤ ਹੈ ਗੱਲ ਥੋੜੀ ਬਰੀਕ ਹੈ ਪਰ ਯਤਨ ਕਰਾਂਗੇ ਤੇ ਸਮਝ ਚ ਆ ਜਾਏਗੀ ਚਿੱਤ ਦੇ ਆਧਾਰਿਤ ਹੈ ਚਿੱਤ ਦਾ ਕੀ ਕੰਮ ਹੈ ਚਿੱਤ ਦਾ ਕੰਮ ਹੈ ਪਿਛਲੀਆਂ ਗੱਲਾਂ ਨੂੰ ਚੇਤੇ ਰੱਖਣਾ ਪਿਛਲੀਆਂ ਗੱਲਾਂ ਨੂੰ ਚੇਤੇ ਰੱਖਣਾ ਕੰਮ ਹੈ ਚਿੱਤ ਦਾ ਚਿੱਤ ਕੀ ਕਰਦਾ ਹੈ ਭਈ ਜਿਹੜਾ ਸਾਨੂੰ ਕੱਲ ਦਾ ਕੰਮ ਕੱਲ ਕੋਈ ਗੱਲ ਹੋਈ ਹੈ ਤੇ ਉਹਨੂੰ ਅੱਜ ਚੇਤੇ ਰੱਖਿਆ ਇਸ ਤੋਂ ਪਿੱਛੇ ਜਾਂਦਿਆਂ ਜਾਂਦਿਆਂ ਕਿੱਥੋਂ ਤੱਕ ਜਾਣਾ ਹੈ ਜਿੱਥੋਂ ਆਏ ਆ ਕਿ ਇਸ ਵਾਸਤੇ ਆਏ ਆ ਕਿੱਥੋਂ ਆਏ ਹਾਂ ਇਹ ਚਿੱਤ ਦਾ ਕੰਮ ਹੈ ਇਹ ਉਹਨੇ ਦੱਸਣਾ ਤੇਰੇ ਤੇ ਸਤਿਗੁਰੂ ਨੇ ਕੀ ਕਿਰਪਾ ਕੀਤੀ ਹੈ ਇਹ ਅਸਾਂ ਖਿਆਲ ਕਰਨਾ ਹੈ ਇਹ ਸਾਡੇ ਚਿੱਤ ਨੇ ਉੱਥੇ ਜੁੜਨਾ ਹੈ ਇਸ ਵਾਸਤੇ ਆਪਣੇ ਮੂਲ ਸਰੂਪ ਨਾਲ ਪਿੱਛੇ ਜਾ ਕੇ ਜਦੋਂ ਚਿੱਤ ਜੁੜ ਜਾਏਗਾ ਤੇ ਫਿਰ ਮਨ ਦੇ ਵਿਚਾਰ ਵੀ ਉੱਤਮ ਹੋ ਜਾਣਗੇ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਭਜਨ ਨਾਲ ਜੁੜੋ ਇਸ ਵਾਸਤੇ ਕਹਿੰਦੇ ਨੇ ਨਾਮ ਨਾਲ ਜੁੜੋ ਇਸ ਵਾਸਤੇ ਕਹਿੰਦੇ ਨੇ ਬਾਣੀ ਨਾਲ ਜੁੜੋ ਕਿਉਂਕਿ ਉੱਥੋਂ ਸਾਨੂੰ ਪਤਾ ਲੱਗਣਾ ਸਾਡਾ ਮੁੱਢ ਕੀ ਹੈ ਅਸੀਂ ਮੁੱਢ ਨਾਲ ਜੁੜੇ ਰਹਾਂਗੇ ਤੇ ਸਾਡਾ ਜੀਵਨ ਹੈ ਯਾਦ ਰੱਖਣਾ ਜਿਹੜੀ ਟਾਣੀ ਰੁੱਖ ਨਾਲੋਂ ਕੱਟ ਦਿੱਤੀ ਜਾਵੇ ਉਹ ਕਿੰਨੇ ਕ ਦਿਨ ਹਰੀ ਰਹੇਗੀ ਉਹਦਾ ਫਲ ਕਿੰਨੇ ਕ ਦਿਨ ਰਹਿ ਜਾਏਗਾ ਜਿਹੜੀ ਟਾਣੀ ਰੁੱਖ ਦੇ ਨਾਲ ਜੁੜੀ ਹੋਈ ਹੈ ਉਹਦਾ ਜੀਵਨ ਹੈ ਉਹ ਬਹਾਰ ਆਵੇਗੀ ਫਿਰ ਪੱਤੇ ਨਿਕਲ ਆਉਣਗੇ ਇੱਕ ਵਾਰੀ ਭਾਵੇਂ ਪੱਤੇ ਝੜ ਜਾਣ ਫਿਰ ਨਿਕਲ ਆਉਣਗੇ ਬਹਾਰ ਆਵੇਗੀ ਉਹਨੂੰ ਫਲ ਵੀ ਲੱਗ ਜਾਏਗਾ ਪਰ ਜੇ ਉਹ ਰੁੱਖ ਨਾਲੋਂ ਟੁੱਟ ਜਾਏ ਮੂਲ ਨਾਲੋਂ ਟੁੱਟ ਜਾਏ ਮੋਢ ਨਾਲੋਂ ਟੁੱਟ ਜਾਏ ਤੇ ਜਹਾਜ ਰੱਖਣਾ ਉਹ ਹਰੀ ਨਹੀਂ ਰਹਿ ਸਕਦੀ ਉਹਦਾ ਜੀਵਨ ਨਹੀਂ ਰਹਿ ਸਕਦਾ ਇਸ ਵਾਸਤੇ ਸਾਡਾ ਮੂਲ ਕੀ ਹੈ ਪਰਮੇਸ਼ਰ ਅਕਾਲ ਪੁਰਖ ਉਹਦਾ ਚੇਤਾ ਕਰਨ ਵਾਸਤੇ ਸਤਿਗੁਰੂ ਜੀ ਸਾਨੂੰ ਆਂਦੇ ਨੇ ਪਏ ਤੁਸੀਂ ਨਾਮ ਨਾਲ ਜੁੜੋ ਚਿੱਤ ਚੇਤਸ ਕੀ ਨਹੀਂ ਬਾਵਰਿਆ ਹੇ ਬਾਵਰੇ ਮੇਰੇ ਮਨਾ ਤੂੰ ਕਿਉਂ ਨਹੀਂ ਚੇਤੇ ਕਰਦਾ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਉਹਦਾ ਚੇਤਾ ਕਰ ਕਿਉਂਕਿ ਕੰਮ ਚਿੱਤ ਦਾ ਇਸ ਵਾਸਤੇ ਜਿੰਨਾ ਪੁਰਾਣਾ ਚੇਤਾ ਹੋਵੇਗਾ ਜਿੰਨਾ ਆਪਣੇ ਮੋਢ ਦਾ ਚੇਤਾ ਹੋਵੇਗਾ ਜਿੱਥੋਂ ਆਏ ਆ ਜੇ ਉਹਦਾ ਚੇਤਾ ਹੋਵੇਗਾ ਸਾਡੇ ਮਨ ਦੇ ਵਿਚਾਰ ਵੀ ਉੱਤਮ ਹੋ ਜਾਣਗੇ ਸਾਡੇ ਮਨ ਦੇ ਵਿਚਾਰ ਚੰਗੇ ਹੋ ਜਾਣਗੇ ਤੇ ਫਿਰ ਕੀ ਹੋਵੇਗਾ ਸਾਡੀ ਬੁੱਧੀ ਦਾ ਕੰਮ ਹੈ ਜਿਹੜੀ ਮਤ ਹੈ ਨਾ ਸਾਡੀ ਉਹਦਾ ਕੰਮ ਹੈ ਐਨਲਿਸਿਸ ਕਰਨਾ ਜਿਹੜੇ ਵਿਚਾਰ ਮਨ ਪੈਦਾ ਕਰ ਰਿਹਾ ਉਹਨਾਂ ਦਾ ਐਨਲਿਸਿਸ ਕਰਦੀ ਹੈ ਸਾਡੀ ਬੁੱਧੀ ਜਿਸ ਨੂੰ ਦਿਮਾਗ ਕਹਿ ਲਓ ਬੁੱਧੀ ਕਹਿ ਲਓ ਉਹ ਐਨਲਿਸਿਸ ਕਰਦੀ ਹੈ ਕਿ ਚੰਗਾ ਕੀ ਹੈ ਮਾੜਾ ਕੀ ਹੈ ਕਿਹੜਾ ਰੱਖਣਾ ਪਰ ਬੁੱਧੀ ਜਿਹੜੀ ਹੈ ਜਿੰਨਾ ਚਿਰ ਮਨ ਦੇ ਅਧੀਨ ਹੈ ਉਹਨਾਂ ਚਿਰ ਉਹ ਬੁੱਧੀ ਜਿਹੜੀ ਸੰਸਾਰ ਨਾਲ ਜੁੜੀ ਹੋਈ ਹੈ ਉਹ ਸਤਸੰਗੀ ਜਨੋ ਵਿਚਾਰ ਉਹੋ ਜਿਹਿਆਂ ਨੂੰ ਪ੍ਰਮਾਨ ਕਰ ਲਏਗੀ ਪਰ ਜੇ ਉਹ ਬੁੱਧੀ ਅਸੀਂ ਸਤਿਗੁਰੂ ਦੇ ਚਰਨਾ ਚਰਪਨ ਕਰ ਦਿੱਤੀ ਸਾਡੀ ਬੁੱਧੀ ਜਿਹੜੀ ਹੈ ਅਸੀਂ ਸਤਿਗੁਰੂ ਤੇਰੇ ਚਰਨਾ ਚ ਅਰਪਣ ਕੀਤੀ ਅਸੀਂ ਮੱਥਾ ਕਿਉਂ ਟੇਕਦੇ ਆ ਕਦੀ ਸੋਚਿਆ ਕਿਉਂ ਮੱਥਾ ਟੇਕਦੇ ਆ ਮੱਥਾ ਇਸ ਵਾਸਤੇ ਟੇਕਦੇ ਆ ਕਿ ਮੱਥੇ ਵਿੱਚ ਸਿਰ ਵਿੱਚ ਸਾਡੀ ਬੁੱਧੀ ਹੈ ਸਾਡਾ ਦਿਮਾਗ ਹੈ ਤੇ ਅਸੀਂ ਕਹਿੰਨੇ ਆ ਸੱਚੇ ਪਾਤਸ਼ਾਹ ਸਾਡੀ ਮਤ ਬੁੱਧੀ ਤੇਰੇ ਚਰਨਾਂ 'ਚ ਹਾਜ਼ਰ ਹੁਣ ਆਪ ਕਿਰਪਾ ਕਰੋ ਸਾਡੀ ਮਤਬੁੱਧ ਲੈ ਲਓ ਤੇ ਆਪਣੀ ਗੁਰਮਤਿ ਇਹਦੇ ਵਿੱਚ ਧਰ ਦਿਓ ਸਰੈਂਡਰ ਕਰਨਾ ਹੈ ਇਸ ਵਾਸਤੇ ਮੱਥਾ ਟੇਕਦੇ ਆ ਮੱਥਾ ਇਸ ਵਾਸਤੇ ਨਹੀਂ ਟੇਕਦੇ ਭਈ ਉਹਦੇ ਨਾਲ ਮੱਥਾ ਟੇਕਣ ਨਾਲ ਕੋਈ ਖਾਸ ਪ੍ਰਾਪਤੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਵੱਖਰੀ ਤਰ੍ਹਾਂ ਦੀ ਨਹੀਂ ਹੋਣੀ ਸਿਰਫ ਇਹ ਹੈ ਕਿ ਸਰਿੰਡਰ ਕਰਨਾ ਹੈ ਕਿ ਤੇਰੇ ਚਰਨਾਂ 'ਚ ਨਮਸਕਾਰ ਕੀਤੀ ਹੈ ਇਹ ਮੈਂ ਮੇਰੀ ਬੁੱਧੀ ਜਿਹੜੀ ਹੈ ਤੇ ਗਿਆਨਾ ਬਣਨ ਵਾਸਤੇ ਉਸ ਸਤਿਗੁਰੂ ਦੀ ਮੱਤ ਨੂੰ ਆਪਣੇ ਅੰਦਰ ਪ੍ਰਵੇਸ਼ ਕਰਾਉਣ ਵਾਸਤੇ ਅਸੀਂ ਮੱਥਾ ਟੇਕਦੇ ਹਾਂ ਸੋ ਇਸ ਵਾਸਤੇ ਸਤ ਸੰਗੀਆਂ ਨੂੰ ਮੈਂ ਅਰਜ਼ ਕਰ ਰਿਹਾ ਸੀ ਚਿੱਤ ਦਾ ਕੰਮ ਹੈ ਚੇਤੇ ਕਰਨਾ ਚੇਤੇ ਦੇ ਆਧਾਰ ਤੇ ਫੁਰਨੇ ਬਣ ਕੇ ਬੁੱਧੀ ਦਾ ਕੰਮ ਹੈ ਐਨਲਿਸਿਸ ਕਰਨਾ ਹੁਣ ਐਨਲਿਸਿਸ ਜਦੋਂ ਕਰੇਗੀ ਬੁੱਧੀ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਜਦੋਂ ਮੈਂ ਤਾਂ ਕੁਛ ਹੈ ਨਹੀਂ ਜੋ ਕੁਛ ਕੀਤਾ ਸਤਿਗੁਰੂ ਪਰਮੇਸ਼ਰ ਨੇ ਕੀਤਾ ਜੋ ਕਰ ਰਿਹਾ ਸਤਿਗੁਰੂ ਪਰਮੇਸ਼ਰ ਕਰ ਰਿਹਾ ਜੋ ਅੱਗੇ ਕਰੇਗਾ ਉਹ ਸਤਿਗੁਰੂ ਪਰਮੇਸ਼ਰ ਕਰੇਗਾ ਮੈਂ ਤਾਂ ਉਹਦੇ ਹੁਕਮ ਅਨੁਸਾਰ ਤੁਰਿਆ ਜਾਣਾ ਕਿੱਦਾਂ ਤੁਰਨਾ ਉਹ ਵੀ ਸਤਿਗੁਰਾਂ ਨੇ ਗੁਰਬਾਣੀ 'ਚ ਲਿਖਿਆ ਕਾਠ ਕੀ ਪੁਤਰੀ ਕਹਾ ਕਰੇ ਬਪੁਰੀ ਖਿਲਾਮਨ ਹਾਰੋ ਜਾਣਾ ਉਹ ਪੁਤਲੀਆਂ ਹੁੰਦੀਆਂ ਸਨ ਪੁਰਾਣੇ ਸਮੇਂ ਦੇ ਵਿੱਚ ਪੁਤਲੀਆਂ ਦਾ ਖੇਲ ਹੁੰਦਾ ਸੀ ਉਹ ਲੱਕੜ ਦੇ ਛੋਟੇ-ਛੋਟੀਆਂ ਪੁਤਲੀਆਂ ਬਣਾਈਆਂ ਉਹਨੂੰ ਧਾਗਿਆਂ ਨਾਲ ਬੰਨਿਆ ਹੁੰਦਾ ਸੀ ਤੇ ਉਹ ਧਾਗਿਆਂ ਦੇ ਬਹੁਤ ਬਰੀਕ ਧਾਗੇ ਹੁੰਦੇ ਸਨ ਉਹ ਜਿਸ ਤਰ੍ਹਾਂ ਉਹਨੂੰ ਖਿੱਚਦਾ ਸੀ ਤੇ ਉਹ ਉਸ ਤਰ੍ਹਾਂ ਨਾਚ ਕਰਦੀਆਂ ਸਨ ਤੇ ਉਹ ਇੰਜ ਲੱਗਦਾ ਸੀ ਕਿ ਜਿਵੇਂ ਉਹ ਆਪਣੇ ਆਪ ਨੱਚ ਰਹੀਆਂ ਨੇ ਅਸਲ ਵਿੱਚ ਉਹ ਬਰੀਕ ਧਾਗੇ ਹੁੰਦੇ ਸਨ ਤੋਂ ਕਾਠ ਕੀ ਪੁਤਰੀ ਕਹਾ ਕਰੇ ਬਪੁਰੀ ਇੰਜ ਕਹਿ ਲਓ ਕਿ ਟੈਲੀਵਿਜ਼ਨ ਦੇ ਵਿੱਚ ਫਿਲਮ ਚੱਲਦੀ ਹੈ ਕੁਝ ਚੱਲਦਾ ਹੈ ਉਹ ਤੁਸੀਂ ਜਿਸ ਤਰ੍ਹਾਂ ਰਿਮੋਟ ਨੂੰ ਦਬਦਿਓ ਜਿਹੜਾ ਸਟੇਸ਼ਨ ਲਾਓਗੇ ਉਹ ਹੀ ਲੱਗੇਗਾ ਨਾ ਤੁਸੀਂ ਫੋਨ ਚਲਾਉਂਦੇ ਹੋ ਫੋਨ ਦੇ ਵਿੱਚ ਜਿਹਦਾ ਨੰਬਰ ਲਾਓਗੇ ਉਹ ਹੀ ਅੱਗੋਂ ਬੋਲੇਗਾ ਨਾ ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਕੌਣ ਕਰ ਸਕਦਾ ਆਪਣੇ ਆਪ ਕੁਛ ਕਹਿੰਦੇ ਨੇ ਕੋਈ ਨਹੀਂ ਕਰ ਸਕਦਾ ਖਿਲਾਮਨ ਹਾਰੋ ਜਾਣਾ ਜਿਸ ਤਰ੍ਹਾਂ ਉਹ ਪਰਮੇਸ਼ਰ ਖਡਾਉਂਦਾ ਹੈ ਜੀਵਾਂ ਨੂੰ ਉਦਾਂ ਜੀ ਖੇਡ ਰਹੇ ਨੇ ਇਸ ਵਾਸਤੇ ਜਦੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਮਨੁੱਖ ਦੀ ਹਉਮੈ ਉਦੋਂ ਦੂਰ ਹੋ ਜਾਂਦੀ ਹੈ ਉਹ ਹੁਕਮ ਵਿੱਚ ਰਹਿਣ ਦੀ ਜਦੋਂ ਜਾਚ ਸਿੱਖ ਲੈਂਦਾ ਹੈ ਫਿਰ ਹੰਕਾਰ ਉਸ ਦੇ ਕੋਲੋਂ ਦੂਰ ਹੋ ਜਾਂਦਾ ਹੈ ਸੋ ਇਸ ਵਾਸਤੇ ਸਿੱਖੀ ਜਿਹੜੀ ਹੈ ਉਹ ਹੁਕਮ ਵਿੱਚ ਹੈ ਜਿਹੜਾ ਮਨੁੱਖ ਹੁਕਮ ਵਿੱਚ ਰਹਿੰਦਾ ਹੈ ਉਹ ਸਿੱਖ ਵੀ ਬਣ ਜਾਂਦਾ ਹੈ ਔਰ ਉਹਨੂੰ ਸੁਖ ਵੀ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਕਥਾ ਆਂਦੇ ਨੇ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਰੋਂਦਾ ਕੌਣ ਹੈ ਦੁਖੀ ਕੌਣ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖ ਹੁਕਮ ਦੀ ਪਛਾਣ ਨਹੀਂ ਕਰਦਾ ਉਹ ਮਨੁੱਖ ਦੁਖੀ ਰਹਿੰਦਾ ਹੈ ਸੁਖ ਵਿੱਚ ਵੀ ਦੁਖੀ ਹੁੰਨੇ ਆ ਅਸੀਂ ਵੇਖਦੇ ਆ ਧਨ ਪਦਾਰਥ ਹੁੰਦਿਆਂ ਹੋਇਆਂ ਸਾਰਾ ਕੁਝ ਪੁੱਤਰ ਧੀਆ ਹੁੰਦਿਆਂ ਹੋਇਆਂ ਬੜੇ ਬੜੇ ਦੁਖੀ ਨੇ ਲੋਕ ਪਰ ਜਦੋਂ ਮਨੁੱਖ ਨੇ ਹੁਕਮ ਨੂੰ ਪਛਾਣ ਲਿਆ ਉਹਦੇ ਹੁਕਮ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਾਂ ਉਹਦੀ ਬਖਸ਼ਿਸ਼ ਹੋ ਗਈ ਉਹ ਹੁਕਮ ਮੰਨਣ ਦੀ ਸਾਨੂੰ ਜਾਚ ਆ ਗਈ ਤੇ ਮਨੁੱਖ ਦੇ ਕੋਲ ਕੁਝ ਵੀ ਨਾ ਹੋਵੇ ਤਾਂ ਵੀ ਸੁਖੀ ਹੋ ਸਕਦਾ ਹੈ ਇਸ ਵਾਸਤੇ ਸਤਸੰਗੀ ਜਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਹੈ ਕਿ हे ਜੀਵ ਤੂੰ ਹੁਕਮ ਵਿੱਚ ਰਹਿਣਾ ਜਿਸ ਤਰ੍ਹਾਂ ਜਿਸ ਤਰ੍ਹਾਂ ਤੈਨੂੰ ਸਤਿਗੁਰੂ ਚਲਾਉਂਦਾ ਉਸ ਤਰ੍ਹਾਂ ਉਸ ਤਰ੍ਹਾਂ ਤੂੰ ਚੱਲੀ ਜਾਣਾ ਇੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਸ਼ਲੋਕ ਮਹੱਲਾ 5 ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜਾ ਮੂ ਇੱਕ ਤਾ ਲਖ ਤਉ ਜੀਤੀ ਪਿੰਣਨੇ ਦਰ ਕਿਤੜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਇੱਕ ਬ੍ਰਾਹਮਣ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਹਿੰਦੇ ਨੇ हे ਪੰਡਤ ਤੂੰ ਧਿਆਨ ਦੇ ਥੋੜਾ ਜਿਹਾ ਮੈਂ ਇੱਕ ਨਾਲ ਜੁੜਿਆ ਮੈਂ ਗੁਰੂ ਰਾਮਦਾਸ ਸਾਹਿਬ ਦੀ ਰਾਹੀ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਗਿਆ ਜਦੋਂ ਮੈਂ ਇੱਕ ਦਾ ਮੰਗਤਾ ਬਣ ਗਿਆ ਇੱਕ ਦੇ ਹੁਕਮ ਵਿੱਚ ਰਹਿਣ ਲੱਗ ਪਿਆ ਤੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਉਹ ਮੇਰੇ ਦਰ ਤੇ ਮੰਗਤੇ ਬਣ ਕੇ ਆ ਗਏ ਕਦੋਂ ਆਏ ਜਦੋਂ ਮੈਂ ਇੱਕ ਦੇ ਹੁਕਮ ਵਿੱਚ ਹੋ ਗਿਆ ਜਦੋਂ ਮਨੁੱਖ ਜਦੋਂ ਸਿੱਖ ਸਤਗੁਰੂ ਦੇ ਹੁਕਮ ਵਿੱਚ ਰਹਿਣਾ ਸਿੱਖ ਲੈਂਦਾ ਹੈ ਨਾ ਤੇ ਯਾਦ ਰੱਖਣਾ ਦੁਨੀਆਂ ਦੀਆਂ ਨਿਰਜੀਵ ਚੀਜ਼ਾਂ ਵੀ ਉਹਦਾ ਹੁਕਮ ਮੰਨਦੀਆਂ ਨੇ। ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਆਗਿਆ ਜਾ ਕੀ ਬਿਰਸ਼ਨਾ ਫੇਰੇ ਰੁੱਖ ਵੀ ਉਹਦੀ ਆਗਿਆ ਨਹੀਂ ਮੇਟ ਸਕਦੇ। ਕਿਉਂ? ਕਿਉਂਕਿ ਉਹ ਆਪ ਹੁਕਮ ਚ ਰਹਿੰਦਾ। ਇਤਿਹਾਸ ਦੇ ਪੰਨੇ ਭਰੇ ਪਏ ਨੇ। ਭਾਈ ਤਾਰੂ ਸਿੰਘ ਸਾਹਿਬ ਸੀਸ ਤੋਂ ਖੋਪੜ ਲਥਿਆ ਹੋਇਆ ਉੱਪਰਲਾ ਹਿੱਸਾ ਲਾ ਦਿੱਤਾ ਗਿਆ। ਪਰ ਇੱਕ ਬਚਨ ਕੀਤਾ ਸੀ। ਜਦੋਂ ਖਾਨ ਬਹਾਦਰ ਜ਼ਕਰੀਆ ਖਾਨ ਨੇ ਉਹਦੇ ਕਚਹਿਰੀ ਦੇ ਵਿੱਚ ਫੈਸਲਾ ਸੁਣਾਉਣ ਲੱਗੇ ਤੇ ਜ਼ਕਰੀਆ ਖਾਨ ਨੇ ਆਖਿਆ ਤੂੰ ਬੜਾ ਸਿੱਖੀ ਸਿੱਖੀ ਆਖਦਾ ਏ ਮੈਂ ਤੇਰੀ ਸਿੱਖੀ ਨੂੰ ਉਡਾ ਦਿਆਂਗਾ ਭੈੜਾ ਸ਼ਬਦ ਉਹਨੇ ਸਿੱਖੀ ਵਾਸਤੇ ਵਰਤਿਆ ਭਾਈ ਤਾਰੂ ਸਿੰਘ ਸਾਹਿਬ ਉਹਨੂੰ ਬਚਨ ਕਰਦੇ ਨੇ ਕਹਿੰਦੇ ਨੇ ਜ਼ਕਰੀਆ ਖਾਨ ਤੂੰ ਤਾਂ ਮੇਰੀ ਸਿੱਖੀ ਕੀ ਉਡਾਉਣੀ ਐ ਪਰ ਯਾਦ ਰੱਖੀ ਤੈਨੂੰ ਛਿੱਤਰ ਅੱਗੇ ਲਾ ਕੇ ਲੈ ਕੇ ਜਾਵਾਂਗਾ ਭਾਬ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗਾ ਇਹ ਬਚਨ ਕਰ ਦਿੱਤਾ ਹੁਣ ਬਚਨ ਕੀਤਾ ਸਿੱਖ ਨੇ ਗੁਰੂ ਕੇ ਸਿੱਖ ਦਾ ਬਚਨ ਹੈ ਤੇ ਸਤਸੰਗੀ ਜਨ ਉਹਨਾਂ ਨੇ ਖੋਪੜਾ ਲਾ ਦਿੱਤਾ ਹੁਣ ਖੋਪੜ ਲੱਥਿਆ ਬੰਦਾ ਉਹਨਾਂ ਸੋਚਿਆ ਤੇ ਇਹ ਸੀ ਭਈ ਜਦੋਂ ਇਹਦਾ ਖੋਪੜੀ ਸਿਰ ਤੋਂ ਲੱਥ ਜਾਏਗੀ ਤੇ ਇਹਨੂੰ ਤੇ ਜਾਨਵਰਾਂ ਨੇ ਹੀ ਖਾ ਜਾਣਾ ਬਾਹਰ ਟੋਇਆਂ ਦੇ ਵਿੱਚ ਸੁੱਟ ਦਿੱਤਾ ਗਿਆ ਸੰਭਾਲ ਨਾ ਕੋਈ ਕਰ ਸਕਦਾ ਸੀ ਨਾ ਕਿਸੇ ਨੂੰ ਕਰਨ ਦਿੱਤੀ ਜਾਣੀ ਸੀ ਇਸ ਵਾਸਤੇ ਲਾਹਵਾਰਸ ਸੁੱਟ ਦਿੱਤਾ ਪਰ ਗੁਰੂ ਦਾ ਸਿੱਖ ਆਪਣੇ ਬਚਨ ਤੇ ਅਟੱਲ ਐ ਨਹੀਂ ਮੌਤਾ ਸਕੀ ਨਹੀਂ ਗਿਆ ਪਹਿਲਾਂ ਬਚਨ ਕੀਤਾ ਸੀ ਜੁੱਤੀ ਅੱਗੇ ਲੈ ਕੇ ਲਾ ਕੇ ਲੈ ਕੇ ਜਾਵਾਂਗਾ ਭਾਈ ਤਾਰੂ ਸਿੰਘ ਸਾਹਿਬ ਦਾ ਇਹ ਬਚਨ ਕਰਨ ਤੋਂ ਬਾਅਦ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪਸ਼ਾਬ ਦਾ ਬੰਨ ਪਿਆ ਉਹਦਾ ਯੂਰਿਨ ਰੁਕ ਗਿਆ ਜਦੋਂ ਪਸ਼ਾਬ ਰੁਕ ਗਿਆ ਤੇ ਉਹ ਹੁਣ ਬਿਮਾਰੀ ਸੀ ਉਹਨਾਂ ਯਤਨ-ਜਤਨ ਕੀਤਾ ਇੱਕ ਅੱਧਾ ਦਿਨ ਨਾ ਹੋਇਆ ਬਹੁਤ ਤੰਗ ਸੀ ਬੜੀ ਤੰਗੀ ਹੋ ਗਈ ਜਦੋਂ ਉਸ ਸੂਬੇ ਨੂੰ ਬਹੁਤ ਤੰਗੀ ਹੋਈ ਤੇ ਫਿਰ ਉਹਨਾਂ ਨੇ ਆਖਿਆ ਵੀ ਹੁਣ ਕੋਈ ਹੋਰ ਯਤਨ ਕਰਕੇ ਵੇਖੀਏ ਕਿਸੇ ਨੇ ਆਖਿਆ ਕਿ ਭਾਈ ਤਾਰੂ ਸਿੰਘ ਨੇ ਆਹ ਗੱਲ ਕੀਤੀ ਸੀ ਇਸ ਕਰਕੇ ਸਿੱਖ ਹੀ ਇਹਨੂੰ ਮਾਫ਼ ਕਰ ਸਕਦੇ ਨੇ ਉਹਨਾਂ ਨੇ ਭਾਈ ਸ਼ਿਵੇਗ ਸਿੰਘ ਹੋਰਾਂ ਨੂੰ ਸੱਦਿਆ ਭਾਈ ਸ਼ਿਵੇਗ ਸਿੰਘ ਜੀ ਤੁਸੀਂ ਜਾਓ ਸਿੱਖਾਂ ਕੋਲ ਤੁਸੀਂ ਗੁਰੂ ਕੇ ਸਿੱਖਾਂ ਦੇ ਕੋਲ ਜਾ ਕੇ ਤੇ ਅਰਦਾਸ ਕਰਵਾਓ ਕਿ ਇਸ ਰੋਗ ਤੋਂ ਮੁਕਤੀ ਮਿਲੇ ਸੂਬੇ ਨੂੰ ਉਹ ਚਲੇ ਗਏ ਜਦੋਂ ਭਾਈ ਸੁਬੇਗ ਸਿੰਘ ਹੋਰੀ ਗਏ ਗੁਰੂ ਕੇ ਸਿੱਖਾਂ ਨੇ ਆਖਿਆ ਕਿ ਭਈ ਭਲਿਆ ਲੋਕਾਂ ਤੈਨੂੰ ਉਹਨਾਂ ਨਹੀਂ ਚਾਹੀਦਾ ਐਡਾ ਵੱਡਾ ਪਾਪੀ ਬੰਦਾ ਮਾੜਾ ਆਦਮੀ ਹੈ ਉਹ ਇੰਨਾ ਜ਼ੁਲਮ ਕਰ ਰਿਹਾ ਕਿ ਉਹ ਸੋਚਦਾ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਉਹ ਤੇ ਇਸ ਗੱਲ ਤੇ ਤੁੱਲਿਆ ਹੋਇਆ ਉਹ ਕਹਿਣ ਲੱਗਾ ਗੁਰੂ ਕੇ ਸਿੱਖੀ ਦਾ ਇਹ ਵਿਰਧ ਹੈ ਕਿ ਬੁਰੇ ਦਾ ਭਲਾ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਕੀ ਮਿਲੇਗਾ ਕਹਿੰਦੇ ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ ਕੁਝ ਪਾਏ ਇਸ ਵਾਸਤੇ ਤੁਹਾਡਾ ਥਾਂ ਇਹ ਹੈ ਕਿ ਤੁਸੀਂ ਭਲਾ ਹੀ ਕਰਨਾ ਤੁਸੀਂ ਭਲਾ ਹੀ ਕਰੋ ਕਹਿਣ ਲੱਗੇ ਠੀਕ ਹੈ ਜੇ ਇਹ ਗੱਲ ਹੈ ਤੇ ਕੋਈ ਗੱਲ ਨਹੀਂ ਆਪਾਂ ਅਰਦਾਸ ਕਰ ਦੇਾਂਗੇ ਪਰ ਭਾਈ ਸਾਹਿਬ ਇਹ ਦੱਸੋ ਕਿ ਭਾਈ ਤਾਰੂ ਸਿੰਘ ਸਾਹਿਬ ਦੀ ਰਸਨਾ ਤੋਂ ਤਾਂ ਨਹੀਂ ਕੋ ਬਚਨ ਨਿਕਲਿਆ ਕਹਿਣ ਲੱਗੇ ਨਿਕਲਿਆ ਕੀ ਆਖਿਆ ਸੀ ਕਹਿੰਦੇ ਉਹਨੇ ਆਖਿਆ ਸੀ ਖਾਨ ਬਹਾਦਰ ਤੈਨੂੰ ਜੁੱਤੀ ਅੱਗੇ ਲੈ ਕੇ ਲਾ ਜਾਵਾਂਗਾ ਕਹਿਣ ਲੱਗੇ ਫਿਰ ਹੁਣ ਉਹਦੇ ਚਰਨਾਂ ਦਾ ਜੋੜਾ ਹੋਵੇ ਭਾਈ ਸਾਹਿਬ ਦਾ ਉਹ ਉਹਦੇ ਸਿਰ ਨੂੰ ਛੁਵਾਓ ਤੇ ਫੇਰ ਹੀ ਇਸ ਦੁੱਖ ਤੋਂ ਛੁਟਕਾਰਾ ਮਿਲ ਸਕਦਾ ਨਹੀਂ ਤੇ ਨਹੀਂ ਮਿਲੇਗਾ ਹੁਣ ਉੱਥੇ ਕਿਹੜਾ ਭਾਈ ਸਾਹਿਬ ਦੇ ਚਰਨਾਂ 'ਚ ਜੋੜਾ ਸੀ ਸਥਿਤੀ ਜਿਹੋ ਜਿਹੀ ਸੀ ਉੱਥੇ ਤਾਂ ਜੋੜਾ ਹੋਣਾ ਹੀ ਕਿੱਥੇ ਸੀ ਇਸ ਵਾਸਤੇ ਕਾਲੀ ਨਾਲ ਜੋੜਾ ਬਣਵਾ ਕੇ ਉਹਨਾਂ ਦੇ ਚਰਨਾਂ ਨੂੰ ਛੁਵਾ ਕੇ ਫੇਰ ਲੈ ਕੇ ਗਏ ਉਹ ਜਿਉਂ-ਜਿਉਂ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਦੇ ਨੇ ਤਿਉਂ-ਤਿਉਂ ਉਹਦਾ ਜਿਹੜਾ ਉਹ ਦੁੱਖ ਸੀ ਪਸ਼ਾਬ ਬੰਦ ਹੋਏ ਦਾ ਉਹ ਤਿਉਂ-ਤਿਉਂ ਉਹਦਾ ਘਟਦਾ ਹੈ ਔਰ ਉਹ ਆਪ ਕਹਿੰਦਾ ਬਾਰ-ਬਾਰ ਮੇਰੇ ਸਿਰ ਨੂੰ ਮਾਰੋ ਜੁੱਤੀਆਂ ਇਸ ਕਰਕੇ ਜੁੱਤੀਆਂ ਖਾਂਦਾ ਹੋਇਆ 22ਵੇਂ ਦਿਨ ਉਹ ਮਰਦਾ ਹੈ ਜਦੋਂ ਉਹ ਜਿਹੜਾ ਜ਼ਕਰੀਆ ਖਾਨ ਮਰਦਾ ਤੇ ਜਾ ਕੇ ਸਿੱਖ ਆਖਦੇ ਨੇ ਭਾਈ ਤਾਰੂ ਸਿੰਘ ਨੂੰ ਕਿਸੇ ਨੇ ਜਾ ਕੇ ਦੱਸਿਆ ਭਾਈ ਸਾਹਿਬ ਜ਼ਕਰੀਆ ਖਾਨ ਮਰ ਗਿਆ ਕਹਿਣ ਲੱਗੇ ਅੱਛਾ ਮਰ ਗਿਆ ਤੇ ਫਿਰ ਆਪਾਂ ਵੀ ਚੱਲਦੇ ਆਂ ਇਹ ਹੈ ਸਿੱਖੀ ਪਰ ਕਿਉਂ ਹੋਇਆ ਭਾਈ ਤਾਰੂ ਸਿੰਘ ਗੁਰੂ ਦਾ ਹੁਕਮ ਮੰਨਣ ਵਾਲਾ ਸੀ ਹੁਣ ਅਸੀਂ ਕਹਿੰਨੇ ਆ ਕਿ ਭਾਈ ਤਾਰੂ ਸਿੰਘ ਦੇ ਕੇਸ ਜਿਹੜੇ ਸੀ ਉਹ ਕੈਂਚੀ ਨਾਲ ਕੱਟ ਸਕੀ ਅੱਜ ਦਾ ਬੰਦਾ ਤੇ ਮੰਨਣ ਨੂੰ ਤਿਆਰ ਨਹੀਂ ਹੁੰਦਾ ਸ਼ੰਕਾਵਾਦੀ ਆਖੇਗਾ ਜੀ ਨਹੀਂ ਐਦਾਂ ਨਹੀਂ ਹੋ ਸਕਦਾ ਪਰ ਹੋ ਸਕਦਾ ਜੇ ਉਹ ਆਪਣੇ ਕੀਤੇ ਹੋਏ ਬੋਲ ਨੂੰ ਪਗਾ ਸਕਦੇ ਨੇ ਜੇ ਉਹ ਤੋਪਾਂ ਦੇ ਆ ਗੋਲਿਆਂ ਨੂੰ ਰੋਕ ਸਕਦੇ ਨੇ ਜੇ ਉਹ ਵੱਡੇ ਹੋਏ ਸਿਰ ਨੂੰ ਆਪਣੀ ਤਲੀ ਤੇ ਟਿਕਾ ਕੇ ਮੈਦਾਨੇ ਜੰਗ ਵਿੱਚ ਲੜ ਸਕਦੇ ਨੇ ਤੇ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਪਰ ਸਾਨੂੰ ਹੁਕਮ ਮੰਨਣ ਦੀ ਜਾਂਚ ਆਵੇ ਜੇ ਹੁਕਮ ਮੰਨਣ ਦੀ ਜਾਂਚ ਆ ਜਾਏ ਤੇ ਸੱਚ ਹੈ ਕਿ ਸੰਸਾਰ ਸਾਰਾ ਹੀ ਤੁਹਾਡੇ ਹੁਕਮ ਵਿੱਚ ਹੋ ਸਕਦਾ ਸੋ ਇਸ ਵਾਸਤੇ ਸਿੱਖੀ ਹੁਕਮ ਦੀ ਹੈ ਧਰਮ ਹੁਕਮ ਦਾ ਹੈ ਭਜਨ ਬਾਣੀ ਸਾਡਾ ਜੋ ਕੁਝ ਵੀ ਹੈ ਇਹ ਹੁਕਮ ਦਾ ਹੈ ਜੇ ਅਸੀਂ ਹੁਕਮ ਵਿੱਚ ਰਹਿ ਕੇ ਕਰਦੇ ਆਂ ਤੇ ਸਾਰਾ ਕੁਝ ਹੈ ਜੇ ਹੁਕਮ ਵਿੱਚ ਨਹੀਂ ਰਹਿ ਕੇ ਕਰਦੇ ਆਪਣੀ ਮਰਜ਼ੀ ਨਾਲ ਕਰਦੇ ਆਂ ਤੇ ਜਿੱਦਾਂ ਦਾ ਬਾਕੀ ਸੰਸਾਰ ਕੰਮਕਾਰ ਕਰ ਰਿਹਾ ਉਦਾਂ ਦਾ ਹੀ ਹੈ ਇਸ ਵਾਸਤੇ ਸੱਚ ਨਾਲ ਜੁੜਨ ਵਾਸਤੇ ਇਸ ਜੀਵਨ ਨੂੰ ਸਫਲ ਕਰਨ ਵਾਸਤੇ ਹੁਕਮ ਤੇ ਚੱਲਣਾ ਹੁਕਮ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਪਰ ਯਾਦ ਰੱਖਣਾ ਹੁਕਮ ਆਪਣੇ ਆਪ ਮੰਨਿਆ ਹੀ ਨਹੀਂ ਜਾ ਸਕਦਾ ਕੋਈ ਦੁਨੀਆ ਦੀ ਤਾਕਤ ਇਹੋ ਜੀ ਹੈ ਹੀ ਨਹੀਂ ਜਿਹੜੀ ਹੁਕਮ ਮੰਨ ਸਕੇ ਹੁਕਮ ਵੀ ਉਹ ਆਪ ਮਨਾਉਂਦਾ ਤਾਂ ਮੰਨਿਆ ਜਾਂਦਾ ਆਪਣਾ ਭਾਣਾ ਆਪ ਮਨਾਏ ਕਿਸ ਨੂੰ ਜਿਸ ਨੂੰ ਹੋਏ ਦਇਆਲਾ ਜਿਹਦੇ ਤੇ ਉਹਦਾ ਤਰਸ ਹੋਵੇ ਉਹ ਆਪਣੀ ਗੱਲ ਆਪ ਮਨਾਉਂਦਾ ਇਸ ਵਾਸਤੇ ਆਪਾਂ ਕੀ ਕਰਨਾ ਆਪਾਂ ਇਹ ਕਰਨਾ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਹੋਵੇ ਅਸੀਂ ਤੇਰੇ ਹੁਕਮ ਵਿੱਚ ਰਹਿ ਸਕੀਏ ਇਹ ਅਰਦਾਸ ਕਰੀਏ ਆਪਾਂ ਸਾਰੇ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਮਾਈ ਭਾਈ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਦੇਵ ਸਿੰਘ ਸੱਚੇ ਬਾਦਸ਼ਾਹ